1710 ਤੇ 1765 ਦੇ ਵਿਚਾਲੇ ਦੋ ਵੱਡੇ ਘੱਲੂਗਾਰੇ ਹੋਏ ਨੇ, ਜਿਨ੍ਹਾਂ ਚੋਂ ਇੱਕ ਅਸੀਂ ਵੱਡਾ ਘੱਲੂਗਾਰਾ ਆਖਦੇ ਹਾਂ, ਇੱਕ ਛੋਟਾ ਘੱਲੂਗਾਰਾ ਆਖਦੇ ਹਾਂ। ਬਟ ਉਹ ਕਿਉਂ ਹੋਏ ਲਗਾਤਾਰ? ਕਿਉਂਕਿ ਸਿੱਖਾਂ ਦੇ ਰਾਜ ਕਾਇਮ ਕੀਤਾ। ਸੋ ਇੱਥੋਂ ਦੋ ਗੱਲਾਂ ਸਮਝਣ ਦੀ ਲੋੜ ਹੈ ਕਿ ਘੱਲੂਗਾਰੇ 84 ਦਾ ਵੀ ਜੋ ਹੋਇਆ ਉੱਥੇ ਰਾਜ ਦੀ ਗੱਲ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ। 11 ਨੇ ਇਹ ਨਹੀਂ ਕਿਹਾ ਕਿ ਸਾਰੇ ਇਕੱਠੇ ਹੋ ਜਾਏ, ਜਿਵੇਂ ਆਪਾਂ ਕਹਿੰਦੇ ਹਾਂ ਸਾਰੇ ਨਹੀਂ ਇਕੱਠੇ ਹੁੰਦੇ ਕਦੇ ਵੀ। ਉਹਨਾਂ ਵਿੱਚੋਂ ਦੋ ਨੇ ਫਿਰ ਕਿਹਾ ਕਿ ਹੁਣ ਆਪਾਂ ਦੋ ਤਾਂ ਇਕੱਠੇ ਹੋ ਜਾਈਏ। ਉਹ ਸੀਗੇ ਬਾਬਾ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਤੇ ਸੀਗੇ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ। ਉਹ ਦੋਨਾਂ ਨੇ ਇਕੱਠੇ ਹੋ ਕੇ 3 ਸਾਲਾਂ ਵਿੱਚ ਲਾਹੌਰ ਫਤਿਹ ਕਰਾਈ ਭੰਗੀ ਸਰਦਾਰਾਂ ਨੇ, ਜਦ 1765 ਵਿੱਚ ਫਤਿਹ ਕੀਤੀ। ਸਿੱਖਾਂ ਨੂੰ ਥਿਓਕ੍ਰੈਟਿਕ ਸਟੇਟ ਬਣਾ ਲੈਣਾ ਚਾਹੀਦਾ। ਮੈਂ ਕਿਹਾ ਜੀ ਇਹ ਗੱਲ ਨਾ 1980s ਵਿੱਚ ਪੁੱਛੀ ਜਾਂਦੀ ਸੀ, ਹੁਣ ਤਾਂ ਸਵਾਲ ਦੁਨੀਆ 'ਚ ਇਹ ਖੜਾ ਹੋਇਆ ਹੋਇਆ ਕਿ ਡੈਮੋਕ੍ਰੇਸੀ ਆਨਸਰ ਨਹੀਂ ਹੈਗਾ। ਇਹ ਵੀ ਤੁਹਾਡੇ ਸਾਹਮਣੇ ਕਿੰਨਾ ਵੱਡਾ ਤਮਾਸ਼ਾ ਬਣਿਆ ਹੋਇਆ ਕਿੰਨੀ ਸਟੇਟਸ ਵਿੱਚ। ਸਾਨੂੰ ਪਤਾ ਹੀ ਨਹੀਂ, ਸਾਡੇ ਦੋਨੇ ਪੋਲੀਟੀਕਲ ਸਿਸਟਮ ਹੈ ਨਹੀਂ, ਸਾਡਾ ਆਪਣਾ ਕੋਈ ਪੋਲੀਟੀਕਲ ਸਿਸਟਮ ਆ। ਸਾਡਾ ਮੈਰਿਟ ਦੇ ਬੇਸ ਤੇ, ਪੰਜ ਪਿਆਰਿਆਂ ਵਾਲਾ ਗਵਰਨੈਂਸ ਵਾਲਾ ਸਿਸਟਮ ਆ ਨਾ, ਮੈਰਿਟ ਦੇ ਬੇਸ ਤੇ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਕਹਿਤਾ ਵਾ ਸਾਨੂੰ, ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਹੈ ਲਾਇਕ ਹੋਈ। ਜਿਹੜਾ ਲੀਡ ਕਰੂ ਨਾ ਉਹਦੇ ਬਾਰੇ ਬੜਾ ਕਲੀਅਰ ਆ ਬਾਣੀ ਵਿੱਚ। ਤੁਸੀਂ ਉਹ ਪ੍ਰਾਇਮਰੀ ਟੈਕਸ ਦੇਖ ਲਓ ਗੁਰੂ ਗ੍ਰੰਥ ਸਾਹਿਬ ਦੇ, ਸੈਕੰਡਰੀ ਟੈਕਸ ਦੇਖ ਲਓ ਦਸਮ ਗ੍ਰੰਥ ਦੇ ਤੇ 17 ਹੋਰ ਗ੍ਰੰਥਾਂ ਦੇ, ਉੱਥੇ ਕੋਈ ਦੋ ਰਾਹ ਨਹੀਂ ਆ। ਉਹ ਸ਼ਬਦ ਦੇ ਵਿੱਚੋਂ ਪੈਦਾ ਹੁੰਦੇ ਨੇ, ਉਹ ਨਾਮ ਦੇ ਵਿੱਚ ਰਸੇ ਹੁੰਦੇ ਨੇ, ਉਹੀ ਲੀਡ ਕਰ ਸਕਦੇ ਨੇ, ਬਾਕੀ ਥਿੜਕ ਜਾਣਗੇ। ਤੇ ਇੰਡੀਆ ਸੋਚ ਲਵੇ ਕਿ ਇੰਡੀਆ ਨੇ ਸਿੱਖਾਂ ਨੂੰ ਆਪਣੀ ਸਟਰੈਂਥ ਲਈ ਵਰਤਣਾ, ਤਾਂ ਤਾਂ ਉਹ ਇੰਡੀਆ ਲਈ ਬੜਾ ਕੁਛ ਕਰਾਂਗੇ। ਆਪਾਂ ਕੀਤਾ ਨੀ, ਕੀ ਨੀ ਕੀਤਾ ਇੰਡੀਆ ਨੇ? ਕਹਿੰਦੇ ਜੇ ਤੁਸੀਂ ਸਿੱਖਾਂ ਨੂੰ ਫਰਸਟ੍ਰੇਟ ਕਰਤਾ ਫਿਰ ਤੁਹਾਡੀ ਪ੍ਰੋਬਲਮ ਆ, ਫਿਰ ਇਹ ਤੁਹਾਡੇ ਨਾਲ ਹੀ ਨਹੀਂ ਜੁੜਨਗੇ। 15 ਸਾਲ ਦੀ ਪੇਸ਼ੈਂਟ ਕਰਕੇ ਜੇ 20 ਜਥੇਬੰਦੀਆਂ ਜਿਹੜੇ ਕਿਸੇ ਇੱਕ ਬੰਦੇ ਨੂੰ ਤੇ ਇੱਕ ਸੰਸਥਾ ਨੂੰ ਨਾ ਹੋਣ, ਜਿਹੜੇ ਗੁਰੂ ਖਾਲਸਾ ਪੰਥ ਨੂੰ ਕੱਲੇ ਮੰਨਦੇ ਹੋਣ ਤੇ ਉਹਦੇ ਲਈ ਕੰਮ ਕਰਨ ਗਲੋਬਲੀ ਵਿਦ ਇਨ ਇੰਡੀਆ ਵਿਦ ਇਨ ਪੰਜਾਬ, ਜੇ ਉਹ ਕੰਮ ਕਰਨਗੇ ਤੁਸੀਂ 10-15 ਸਾਲਾਂ 'ਚ ਬੜਾ ਕੁਛ ਦੇਖ ਸਕੋਗੇ। ਸਾਧ ਸੰਗਤ ਜੀ, ਮੈਨੂੰ ਕਹਿਣਾ ਤਾਂ ਐਕਚੁਲੀ ਚਾਹੀਦਾ ਗੁਰੂ ਖਾਲਸਾ ਦੀ ਸੰਗਤ ਜੀ, ਕਿਉਂਕਿ ਆਪਾਂ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬਟ ਪੰਥ ਦੇ ਨੁਮਾਇੰਦਿਆਂ ਦੀ ਹਜ਼ੂਰੀ ਵਿੱਚ ਬੈਠੇ ਹਾਂ। ਆਪ ਸਾਰਿਆਂ ਨੂੰ ਆਪਣੀ ਸੁਰਤ ਵਿੱਚ ਤੁਸੀਂ ਇੱਕ ਓਂਕਾਰ ਨੂੰ ਉਤਾਰੋ ਤੇ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ ਜਦ ਸੁਨੀਲ ਸ਼ਰਮਾ ਹੋਣਾ ਨਾਲ ਗੱਲ ਹੋਈ ਮੇਰੀ ਕੁਛ ਚਿਰ ਪਹਿਲਾਂ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਗੁਰਮਤਿ ਦੇ ਆਧਾਰ ਤੇ ਗੱਲ ਕਰਨੀ ਹੈ। ਕਰਨੀ ਗੱਲ 84 ਦੀ ਹੀ ਆਪਾਂ, ਬਟ ਫੋਕਸ ਗੁਰਮਤ ਤੋਂ ਹੋਣਾ ਚਾਹੀਦਾ। ਦੇਖੋ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਕਥਾ ਦਾ ਕਿ ਆਪਾਂ ਇੱਕ ਸਭਾ ਦੇ ਰੂਪ ਵਿੱਚ ਬੈਠੇ ਹਾਂ, ਤੇ ਮੈਂ ਇੱਥੇ ਬੈਠਾ ਸੋਚ ਰਿਹਾ ਸੀਗਾ ਕਿ ਇੱਥੇ ਜਿਹੜੇ ਮਰਜ਼ੀ ਪਹਿਲੂ ਤੋਂ ਅਸੀਂ ਆਈਏ ਤੇ ਇੱਥੇ ਲਿਖ ਵੀ ਨਾ ਦਿੱਤਾ ਡਾਇਲੋਗ ਤੇ ਅਨਾਲਿਸਿਸ ਤੇ ਪਰਸਪੈਕਟਿਵ, ਵੱਡੇ ਵੱਡੇ ਲਫ਼ਜ਼ ਨੇ, ਆਈ ਐਮ ਨੋਟ ਸ਼ੋਰ ਇਫ ਯੂ ਆਰ ਰੈਡੀ ਫੋਰ ਇਟ। ਉਹਦੇ ਲਈ ਵੀ ਸਾਨੂੰ ਸੁਣਨ ਦੀ ਵੀ ਸਹਿਨਸ਼ੀਲਤਾ ਚਾਹੀਦੀ ਆ ਤੇ ਆਪਣੀ ਗੱਲ ਸੁਣਾਉਣ ਦੀ ਵੀ ਹਿੰਮਤ ਚਾਹੀਦੀ ਆ। ਬਟ ਬਾਣੀ ਦੇ ਵਿੱਚ ਉਪਦੇਸ਼ ਆ, ਗੱਲ ਤਾਂ ਉੱਥੋਂ ਹੀ ਸ਼ੁਰੂ ਕਰਾਂਗੇ ਕਿ ਜੇ ਸਭਾ 'ਚ ਆ ਜਾਓ ਫਿਰ ਕੀ ਕਰੋ। ਉਹ ਬਿਲ ਡਿਫਰੈਂਟ ਹੈਗਾ, ਉਹ ਕੀ ਆ, ਬਟ ਸਿੱਖਾਂ ਲਈ ਇੱਕੋ ਉਪਦੇਸ਼ ਆ ਜੀ ਉੱਥੇ ਲਾਈਨ ਆ, ਸਿੱਖ ਸਭਾ ਦੀਖਿਆ ਕਾ ਪਾਉ। ਕਿ ਜੇ ਸਿੱਖਾਂ ਦੀ ਕੋਈ ਸਭਾ ਆ ਜਾਂਦੀ ਆ, ਬਣ ਜਾਂਦੀ ਆ, ਪਲੈਂਡ ਹੋਵੇ, ਸਬੱਬ ਨਾਲ ਹੋਵੇ, ਉੱਥੇ ਜਿਹੜਾ ਗੁਰੂ ਦਾ ਉਪਦੇਸ਼ ਆ ਉਹਦੇ ਪ੍ਰਤੀ ਪ੍ਰੀਤ ਹੋਵੇ। ਕਿਉਂਕਿ ਕਈ ਵਾਰ ਜਿਹੜੀਆਂ ਸਾਡੀਆਂ ਸਭਾਵਾਂ 'ਚ ਨੇ ਉਹ ਪ੍ਰੀਤ ਕਿਸੇ ਹੋਰ ਚੀਜ਼ ਦੀ ਜਾਗ ਕਰਦੀ ਆ।
ਫਿਰ ਅਸੀਂ ਉਸ ਨਜ਼ਰੀਏ ਤੋਂ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤੇ ਜਿਹੜਾ ਗੁਰਮਤ ਦਾ ਨਜ਼ਰੀਆ, ਜਿਹੜਾ ਗੁਰੂ ਦੀ ਦੀਖਿਆ ਦਾ ਨਜ਼ਰੀਆ, ਉਹ ਪਿੱਛੇ ਰਹਿ ਜਾਂਦਾ। ਮੈਂ ਕੋਸ਼ਿਸ਼ ਕਰਾਂ ਕਿ ਉਹ ਦੀਖਿਆ ਦੇ ਭਾਵ ਨਾਲ ਹੀ ਗੱਲ ਕਰ ਸਕਾਂ। ਹੁਣ ਜਿਹੜਾ ਅੱਜ ਦਾ ਟੌਪਿਕ ਆ, ਮੇਰੇ ਲਈ ਕੁਛ ਪੁਆਇੰਟ ਬਣਾਏ ਸੀ ਬੇਸਡ ਔਨ ਜਿਹੜਾ ਥੀਮ ਰੱਖਿਆ ਗਿਆ। ਬਟ ਸਵੇਰੇ ਦਰਬਾਰ ਸਾਹਿਬ ਤੋਂ ਹੁਕਮ ਪੜਿਆ ਭਗਤ ਕਬੀਰ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉੱਥੇ ਵੀ ਮੈਂ ਇੱਕ ਲਾਈਨ ਹੀ ਗੱਲ ਕਰਾਂਗਾ ਕਿਉਂਕਿ ਮੈਨੂੰ ਡਾਇਰੈਕਸ਼ਨ ਮੈਂ ਇਸ ਤਰ੍ਹਾਂ ਲੈਣਾ ਕਿ ਹੁਣ ਗੱਲ ਕਿਸ ਤਰ੍ਹਾਂ ਕੀਤੀ ਜਾਵੇ। ਤੇ ਉਹ ਲਾਈਨ ਸੀਗੀ, ਜੋ ਜਦ ਭਾਓ ਭਗਤ ਕਛ ਜਾਣੈ ਤਾਂ ਕੋ ਅਚਰਜ ਕਹੋ। ਵੀ ਗੈਟ ਸਰਪ੍ਰਾਈਜ਼ ਰਾਈਟ, ਆਪਾਂ ਬੜੇ ਸਰਪ੍ਰਾਈਜ਼ ਹੋ ਜਾਂਦੇ ਹਾਂ ਬੜੀਆਂ ਚੀਜ਼ਾਂ ਨਾਲ, ਇਹ ਕੀ ਹੋ ਗਿਆ, ਇਹ ਕਿਹੜਾ ਭਾਣਾ ਵਰਤ ਗਿਆ, ਆਪਾਂ ਕਹਿੰਦੇ ਇੰਨਾ। ਕਹਿੰਦੇ ਜਿਹੜਾ ਜਨ ਜਾਂ ਇੰਡੀਵਿਜੁਅਲ ਜਿਹਦੇ ਵਿੱਚ ਭਾਓ ਤੇ ਭਗਤੀ, ਡਿਵੋਸ਼ਨ ਤੇ ਲਵ ਦੋਨੋਂ ਆ ਜਾਂਦੇ ਨੇ, ਉਹਨੂੰ ਕੋਈ ਚੀਜ਼ ਸਰਪ੍ਰਾਈਜ਼ ਨਹੀਂ ਕਰਦੀ। ਵਿਚ ਮੀਨਸ ਸਾਡੀ ਡਿਵੋਸ਼ਨ ਤੇ ਸਾਡੀ ਪ੍ਰੀਤ, ਸਾਡੀ ਭਾਓ ਤੇ ਸਾਡੀ ਭਗਤ, ਇਹ ਬਾਣੀ ਦੀ ਫਰੇਜ਼ ਆ, ਬਹੁਤ ਰਿਪੀਟ ਹੁੰਦੀ ਆ ਤੇ ਅੱਜ ਵੀ ਦੱਸਿਆ ਜਾ ਰਿਹਾ ਕਿ ਵਾਈ ਵੀ ਗੈਟ ਸਰਪ੍ਰਾਈਜ਼ ਸੋ ਈਜ਼ੀਲੀ। ਜਿਹੜਾ ਸਟੇਟ ਆ ਉਹਨੇ ਤਾਂ ਸਟੇਟ ਵਾਲੇ ਹੀ ਕੰਮ ਕਰਦੇ ਨੇ ਨਾ, ਅਸੀਂ ਉਸ ਗੱਲ ਤੇ ਕਿਉਂ ਸਰਪ੍ਰਾਈਜ਼ ਹੁੰਦੇ ਹਾਂ? ਸਾਡਾ ਤਾਂ ਵਿਸਮਾਦ ਕਿਸੇ ਹੋਰ ਰਸ ਚ ਆਉਣਾ ਚਾਹੀਦਾ, ਭਾਵੇਂ ਉਹ ਸੰਯੋਗ ਹੋ ਰਿਹਾ, ਭਾਵੇਂ ਵਿਯੋਗ ਹੋ ਰਿਹਾ, ਭਾਵੇਂ ਉੱਜੜ ਆ ਤੇ ਭਾਵੇਂ ਰਾਹ। ਸੋ ਇੱਥੇ ਗੱਲ ਚੱਲੂਗੀ ਸਿੱਖ ਪਰਸਪੈਕਟਿਵ ਦੀ, ਗੁਰਮਤਿ ਦੇ ਨਜ਼ਰੀਏ ਤੋਂ 84 ਪ੍ਰਤੀ। ਹੁਣ ਕਿਉਂਕਿ ਇੱਥੇ ਥੋੜਾ ਜਿਹਾ ਵਿਸ਼ਲੇਸ਼ਣ ਕਰਨਾ, ਕੁਛ ਕੁ ਮੈਂ ਤੱਥਾਂ ਦੀ ਗੱਲ ਕਰਾਂਗਾ ਕਿ ਸਾਨੂੰ ਜਦ ਵੀ ਸਿੱਖਾਂ ਦਾ ਕੋਈ ਮੋਰਚਾ ਲੱਗਿਆ ਉਹਦਾ ਇੱਕ ਪਰਟੀਕੁਲਰ ਐਸਕ ਹੁੰਦੀ ਆ, ਕਦੇ ਨਹੀਂ ਲੱਗਿਆ ਮੋਰਚਾ। 100 ਸਾਲ ਪਹਿਲਾਂ ਵੀ ਲੱਗੇ ਸੀ ਤੇ ਧਰਮ ਯੁੱਧ ਮੋਰਚਾ 1982 ਚ ਵੀ ਲੱਗਿਆ ਸੀ। ਇਹ ਸਿਰਫ ਸਮਝਣ ਲਈ ਮੈਂ ਥੋੜੀ ਜਿਹੀ ਗੱਲ ਕਰਾਂਗਾ, ਅਨਾਲਿਸਿਸ ਕਰਨ ਲਈ ਛੋਟਾ ਜਿਹਾ ਇੱਕ। ਤੇ ਦੇਖੋ 19 ਜੁਲਾਈ 1982 ਨੂੰ ਧਰਮ ਯੁੱਧ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਐਲਾਨ ਕੀਤਾ ਤੇ ਉਹਦੇ ਵਿੱਚ ਇੱਕ ਪਰਪਸ ਸੀ ਸਿਰਫ, ਓਰਿਜਿਨਲ ਜਦ ਸ਼ੁਰੂ ਹੋਇਆ, ਪੋਲੀਟੀਕਲ ਪ੍ਰਿਜ਼ਨਰਸ ਨੂੰ ਫਰੀ ਕਰਾਉਣਾ। ਤੇ ਉਸ ਵੇਲੇ ਪੋਲੀਟੀਕਲ ਪ੍ਰਿਜ਼ਨਰ ਸੀਗੇ ਭਾਈ ਅਮਰੀਤ ਸਿੰਘ, ਬਾਬਾ ਥਾਰਾ ਸਿੰਘ ਤੇ ਉਹਨਾਂ ਦੇ ਕੁਝ ਸਾਥੀ। ਬੜਾ ਕਲੀਅਰ ਸੀ ਐਸਕ, ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਐਸਕ ਕੀ ਆ, ਫਾਰਮਰਸ ਪ੍ਰੋਟੈਸਟ ਹੋਇਆ, ਐਸਕ ਕਦੀ ਇਹ ਥੋੜੀ ਸੀਗੀ ਜਿਵੇਂ ਅੱਜ ਕੱਲ੍ਹ ਅਸੀਂ ਮੋਰਚੇ ਲਾਉਂਦੇ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ, ਕਰਾਉਣਾ ਕੀ ਆ ਅੱਗੇ, ਇਹ ਵੀ ਗੱਲ ਕਰਨੀ ਪੈਂਦੀ ਆ ਨਾਲ ਨਾਲ। ਹੁਣ ਹੋਇਆ ਇਹ ਕਿ ਉਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਰੈਗੂਲਰ ਜਿਹੜਾ ਹੁੰਦਾ ਸੀ, ਉਸ ਤੋਂ ਬਾਅਦ ਸਪਲਿਟ ਹੋਏ ਨੇ ਬੜੇ, ਉਹਨਾਂ ਨੇ ਦੇਖਿਆ ਕਿ ਇਹ ਮੋਰਚੇ ਵੱਲ ਤਾਂ ਲੋਕੀ ਉਤਸ਼ਾਹ ਦਿਖਾ ਰਹੇ ਨੇ ਕਿ ਪੋਲਿਟਿਕਸ ਵਿੱਚ ਆਈ ਹੁੰਦੀਆਂ ਚੀਜ਼ਾਂ, ਤੇ ਉਹਨਾਂ ਨੇ ਦੇਖਿਆ ਕਿ ਹੁਣ ਜਿਹੜੇ ਇਹਦੇ ਵੱਲ ਜਾ ਰਹੇ ਨੇ, ਇੱਥੇ ਅਸੀਂ ਇਹਦਾ ਹਿੱਸਾ ਕਿਵੇਂ ਬਣੀਏ। ਉਹ ਹਿੱਸਾ ਬਣਨ ਲਈ ਫਿਰ ਅਕਾਲੀਆਂ ਨੇ ਗੱਲ ਕਰਕੇ, ਜਿਹੜੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਆ, ਉਹਨਾਂ ਨੇ ਕਿਹਾ ਕਿ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੇ ਪਹਿਰਾ ਦੇਈਏ, ਇਹ ਐਡ ਕਰਾ ਦਿਓ, ਤੇ ਫਿਰ ਸਾਂਝਾ ਮੋਰਚਾ ਬਣ ਗਿਆ। ਦਿਸ ਇਜ਼ ਹਾਊ ਇਟ ਹੈਪਨ। 4 ਅਗਸਤ 1982, ਮਤਲਬ ਲੈਸ ਦੈਨ ਅ ਮੰਥ, ਜਿਨ੍ਹਾਂ ਦਾ ਕੰਮ ਸੀ ਸਿਆਸਤ ਕਰਨਾ, ਭਾਵੇਂ ਉਹ ਚੰਗੀ ਹੈ ਮਾੜੀ ਉਹ ਸੈਪਰੇਟ ਗੱਲ ਹੈ, ਸਾਨੂੰ ਵੀ ਸਿਆਸਤ ਕਰਨੀ ਸਿੱਖਣੀ ਪੈਣੀ ਹੈ। ਉਹਨਾਂ ਨੇ ਮੋਰਚਾ ਇਕੱਠਾ ਕਰਤਾ ਤੇ ਸੰਤਾਂ ਨੇ ਉਸ ਮੋਰਚੇ ਨੂੰ ਸਵੀਕਾਰ ਕੀਤਾ ਤੇ ਉਸ ਮੋਰਚੇ ਦੇ ਡਿਕਟੇਟਰ ਬਣਾਇਆ ਗਿਆ ਸੰਤ ਲੌਂਗੋਵਾਲ ਹੋਣਾ ਨੂੰ, ਉਹ ਵੀ ਸਵੀਕਾਰ ਕੀਤਾ ਉਹਨਾਂ ਨੇ। ਮਤਲਬ ਹੁਣ 2 ਐਸਕਸ ਹੋ ਗਈਆਂ, ਪੋਲੀਟੀਕਲ ਪ੍ਰਿਜ਼ਨਰ ਫਰੀ ਕਰੋ ਤੇ ਉਸ ਤੋਂ ਬਾਅਦ ਫਰੀ ਕਰਤੇ ਵਾਇਦਾ ਵੇ, ਤੇ ਜਦੋਂ ਫਰੀ ਕਰਤੇ ਸੈਕਿੰਡ ਐਸ, ਕਿਉਂਕਿ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਬੰਦੇ ਦੀਆਂ ਜਿਹੜੀਆਂ ਡਿਮਾਂਡਸ ਨੇ ਸਾਰੀਆਂ ਐਕਸੈਪਟ ਕਰਾਣੀਆਂ ਸਾਡੇ ਰਿਫਰੈਸ਼ਿੰਗ ਲਈ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵੀ ਅਸੀਂ ਉਹਦੇ ਨੇੜੇ ਤੇੜੇ ਖੜੇ ਹਾਂ। ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਇੱਕ ਤਾਂ ਡਿਵੋਲੂਸ਼ਨ ਸੀਗਾ ਕਿ ਡੀਸੈਂਟਰਲਾਈਜੇਸ਼ਨ ਕੀਤੀ ਜਾਵੇ,
ਫੈਡਰਲ ਸਟਰਕਚਰ ਲਿਆਇਆ ਜਾਵੇ ਹਿੰਦੁਸਤਾਨ ਦੇ ਵਿੱਚ ਪੂਰੇ, ਦੂਸਰਾ ਸੋਸ਼ਲ ਇਕਨੋਮਿਕ ਚੀਜ਼ਾਂ ਜਿਹੜੀਆਂ ਮਾਰਜਨਲਾਈਜ਼ ਕਮਿਊਨਿਟੀਜ਼ ਨੇ ਉਹਨਾਂ ਨੂੰ ਮੁੱਖ ਰੱਖ ਕੇ, ਇਹਨਾਂ ਚੋਂ ਫਾਰਮਰ ਇੱਕ ਆਊਗਾ ਤੇ ਵਾਟਰ ਰਾਈਟਸ ਦਾ ਇਸ਼ੂ ਇੱਕ ਆਊਗਾ, ਤੇ ਤਿੰਨ ਕੁ ਮੇਨ ਗੱਲਾਂ ਸੀਗੀਆਂ। ਹੁਣ ਉਹਦੇ ਲਈ ਉਹ ਮੋਰਚਾ ਮਰਜ ਕਰ ਦਿੱਤਾ ਗਿਆ, ਪਹਿਲੀ ਡਿਮਾਂਡ ਪੂਰੀ ਹੋ ਗਈ, ਮੋਰਚਾ ਹਟਿਆ ਨਹੀਂ, ਦੂਸਰੀ ਡਿਮਾਂਡ ਨਹੀਂ ਕਾਇਮ ਰਿਹਾ। ਤੁਹਾਨੂੰ ਪਤਾ ਗੁਰੂ ਨਾਨਕ ਨਿਵਾਸ ਵਿੱਚ ਸੰਤ ਸੀ, ਮੈਂ ਸਿਰਫ ਇੱਕੋ ਚੀਜ਼ ਦੀ ਗੱਲ ਕਰ ਰਿਹਾ ਹਾਂ ਜੀ। ਉੱਥੋਂ ਉਹਨਾਂ ਨੂੰ 15 ਦਸੰਬਰ 1983 ਵਿੱਚ 32 ਨੰਬਰ ਕਮਰੇ ਤੋਂ ਕਿਹਾ ਗਿਆ ਕਿ ਚਲੇ ਜਾਓ। ਉਸ ਵੇਲੇ ਦੀਆਂ ਪੱਤੇ ਜੰਦੀਆਂ ਵਿੱਚ, ਜਥੇਬੰਦੀਆਂ ਵਿੱਚ, ਅਕਾਲੀ ਪੋਲੀਟਿਕਸ ਵਿੱਚ ਬੜਾ ਕੁਛ ਆਪਸ ਚੱਲ ਰਿਹਾ ਸੀ, ਕਿਉਂਕਿ ਪੋਲੀਟਿਕਸ ਇਜ਼ ਆਲਵੇਜ਼ ਮਡੀ, ਆਲਵੇਜ਼ ਗ੍ਰੇ, ਉੱਥੇ ਡਿਫਰੈਂਸਿਸ ਓਪੀਨੀਅਨ ਹੁੰਦੇ ਹੀ ਹੁੰਦੇ ਹਨ। ਬਟ ਮੋਰਚਾ ਕਿਵੇਂ ਕਾਇਮ ਰੱਖਣਾ, ਗੱਲ ਇਵੈਂਚੁਅਲੀ ਇਹ ਆਓ। ਉਹਨਾਂ ਨੂੰ ਉੱਥੋਂ ਕਿਹਾ ਗਿਆ ਤੇ ਸੰਤਾਂ ਦੀ ਦੂਰਅੰਦੇਸ਼ੀ ਇੰਨੀ, ਜਿਵੇਂ ਬਾਣੀ ਵਿੱਚ ਹੀ ਆ ਜਾਂਦਾ ਨਾ ਕਿ ਪੂਰਨ ਪੁਰਖ ਨਹੀਂ ਡੋਲਾਂਦੇ, ਉਹ ਉਸ ਤਰ੍ਹਾਂ ਆਉਂਦਾ, ਦੇਖਿਆ ਚਲੇ ਗਏ ਤੇ ਸ੍ਰੀ ਅਕਾਲ ਤਖਤ ਸਾਹਿਬ ਆ ਗਏ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲੇ ਹਫ਼ਤੇ ਦੇ ਵਿੱਚ ਜਿਹੜੇ ਵੀ ਉਸ ਵੇਲੇ ਅਕਾਲੀ ਲੀਡਰਸ ਨੇ ਅਰਦਾਸ ਕੀਤੀ ਸੀਗੀ, ਉਹਨਾਂ ਦੇ ਨਾਂ ਤੁਹਾਨੂੰ ਪਤਾ ਨੇ, ਉਹਨਾਂ ਛੋੜਾ ਸਾਹਿਬ ਵੀ ਸੀ, ਬਾਦਲ ਸਾਹਿਬ ਵੀ ਸੀ, ਬਰਨਾਲਾ ਸਾਹਿਬ ਵੀ ਸੀ ਤੇ ਬੜੇ ਹੋਰ ਵੀ ਸੀਗੇ, ਲੌਂਗੋਵਾਲੋਂ ਨੇ ਵੀ ਸੀਗੇ, ਸਾਰਿਆਂ ਨੇ ਮੋਰਚੇ ਦੀ ਡਿਮਾਂਡ ਪੂਰੀ ਨਹੀਂ ਹੋਈ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਇੰਪਲੀਮੈਂਟੇਸ਼ਨ ਨਹੀਂ ਹੋਈ, ਸਾਰੇ ਉੱਥੋਂ ਆ ਗਏ। ਸਿਰਫ ਉਸ ਵੇਲੇ ਮੈਂ ਕਹਾਂਗਾ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਹੁਣ ਜਥੇਦਾਰ ਬਣ ਗਏ ਪੰਥ ਦੇ ਔਰਗੈਨਿਕਲੀ। ਸੰਤ ਉਸ ਵੇਲੇ ਵੀ ਕਈ ਸੀ, ਬਟ ਹੁਣ ਉਹ ਇੱਕ ਜਥੇ ਨੂੰ ਲੀਡ ਨਹੀਂ ਕਰ ਰਹੇ ਸੀ ਦਮਦਮੀ ਟਕਸਾਲ ਦੇ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਹੁਣ ਜਿਹੜੀ ਅਕਾਲੀ ਪੋਲੀਟਿਕਸ ਸੀ ਰਵਾਇਤੀ ਉਹਦੇ ਵੀ ਉਹ ਜਥੇਦਾਰ ਬਣ ਗਏ, ਕਿਉਂਕਿ ਬਾਕੀ ਛੱਡ ਗਏ। ਉਹਦੇ ਵਿੱਚ ਜਿਹੜੇ ਬੱਬਰ ਅਕਾਲੀ ਜਿਹੜੇ ਉਹਨਾਂ ਨੂੰ ਅਪੋਜ਼ ਵੀ ਕਰ ਰਹੇ ਸੀ 32 ਨੰਬਰ ਕਮਰੇ ਤੋਂ, ਉਹ ਵੀ ਨਾਲ ਆ ਗਏ, ਸਾਰੇ ਨਾਲ ਆ ਗਏ। ਤੇ ਪੰਜਾਬ ਦੇ ਪੜ੍ਹੇ ਲਿਖੇ, ਪੰਜਾਬ ਦੇ ਨੌਜਵਾਨ, ਪੰਜਾਬ ਦੇ IAS IPS ਬੜੇ ਹੋਰ ਲੋਕਾਂ ਨੇ ਸਾਥ ਦਿੱਤਾ ਆ ਕੇ, ਕਿਉਂਕਿ ਉਹ ਇੱਕ ਪੰਥਕ ਲੈਵਲ ਤੇ ਗੱਲ ਖੜੀ ਹੋ ਗਈ ਤੇ ਸੰਤਾਂ ਨੇ ਪਹਿਰਾ ਦਿੱਤਾ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਅਜੇ ਇੰਪਲੀਮੈਂਟ ਨਹੀਂ ਕਰ ਰਹੇ, ਜਿਸ ਕਰਕੇ ਪਹਿਲੇ ਹਫ਼ਤੇ ਜੂਨ ਦੇ ਸ਼ਹਾਦਤਾਂ ਹੋਈਆਂ। ਤੇ ਉਹਨਾਂ ਦਾ ਸਟੇਟਮੈਂਟ ਬੜਾ ਕਲੀਅਰ ਸੀ ਕਿ ਜੇ ਆਰਮੀ ਇੱਥੇ ਆਊ ਤੇ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਓ। ਦਿਸ ਇਜ਼ ਅ ਪੋਲੀਟੀਕਲ ਫੈਕਟ, ਉਹ ਵਿਦਇਨ 2 ਈਅਰਸ ਇਹ ਹੋਇਆ। ਐਸਕ ਇੰਨੀ ਕਲੀਅਰ ਹੈਗੀ, ਹੁਣ ਐਸਕ ਜੇ ਇੰਨੀ ਕਲੀਅਰ ਆ ਤੇ ਇੱਦਾਂ ਕਿਉਂ ਹੋਇਆ, ਇੱਥੇ ਦੋ ਗੱਲਾਂ ਕਰਾਂਗਾ। ਪਹਿਲੀ ਗੱਲ, ਘੱਲੂਕਾਰੇ ਹੁੰਦੇ ਕਿਉਂ ਨੇ, ਕਿਉਂਕਿ ਸਿੱਖਾਂ ਨੇ ਕਰਮ ਆਪਣਾ ਬਣਾਇਆ ਘੱਲੂਕਾਰਾ 18ਵੀਂ ਸ਼ਤਾਬਦੀ 'ਚ। ਇਹ ਗੱਲ ਖਿਆਲ ਰੱਖਿਓ, ਘੱਲੂਕਾਰਾ ਟਰੈਡੀਸ਼ਨ ਸਿੱਖਾਂ ਦੇ ਉੱਤੇ ਤਦ ਲਾਗੂ ਹੋਣਾ ਸ਼ੁਰੂ ਹੋਇਆ ਜਦ ਅਸੀਂ ਰਾਜ ਦੀ ਗੱਲ ਸਥਾਪਿਤ ਕਰਨ ਦੀ ਪੂਰੀ ਕਰਨੀ ਸ਼ੁਰੂ ਕਰਤੀ। ਉਸ ਤੋਂ ਪਹਿਲਾਂ ਟ੍ਰੇਨਿੰਗਸ ਹੋਈਆਂ ਨੇ, ਉਸ ਤੋਂ ਪਹਿਲਾਂ ਅਸੀਂ ਸਰਕਾਰਾਂ ਦੇ ਨਾਲ ਰਲਦੇ ਸੀ, ਨਹੀਂ ਰਲਦੇ ਸੀ, ਪਾਲਿਸੀਆਂ ਠੀਕ ਕਰਾਉਂਦੇ ਸੀ, ਗਵਰਨੈਂਸ ਕਰਾਉਂਦੇ ਸੀ। 1710 ਵਿੱਚ ਰਾਜ ਕਾਇਮ ਹੋਇਆ, 1712 ਵਿੱਚ ਪਹਿਲੀ ਵਾਰ ਕਿਹਾ ਗਿਆ ਸਾਰੇ ਸਿੱਖਾਂ ਨੂੰ ਐਕਸਟਰਾਮਿਨੇਟ ਕਰ ਦਿਓ, ਸਾਰੇ ਸਿੱਖਾਂ ਨੂੰ। ਉਸ ਤੋਂ ਬਾਅਦ 1710 ਤੇ 1765 ਦੇ ਵਿਚਾਲੇ ਦੋ ਵੱਡੇ ਘੱਲੂਕਾਰੇ ਹੋਏ ਨਾ, ਜਿਨ੍ਹਾਂ ਚੋਂ ਇੱਕ ਅਸੀਂ ਵੱਡਾ ਘੱਲੂਕਾਰਾ ਆਖਦੇ ਹਾਂ, ਇੱਕ ਛੋਟਾ ਘੱਲੂਕਾਰਾ ਆਖਦੇ ਹਾਂ। ਬਟ ਉਹ ਕਿਉਂ ਹੋਏ ਲਗਾਤਾਰ? ਮੋਰ ਦੈਨ 30 ਜੈਨੋਸਾਈਡ ਕੈਂਪੇਨਸ ਹੋਈਆਂ ਨੇ 1710 ਤੇ 1765 ਦੇ ਵਿਚਾਲੇ। ਉਹ ਕਿਉਂ ਹੋਈਆਂ? ਕਿਉਂਕਿ ਸਿੱਖਾਂ ਨੇ ਰਾਜ ਕਾਇਮ ਕੀਤਾ। ਸੋ ਇੱਥੋਂ ਦੋ ਗੱਲਾਂ ਸਮਝਣ ਦੀ ਲੋੜ ਹੈ ਕਿ ਘੱਲੂਕਾਰੇ 84 ਦਾ ਵੀ ਜੇ ਹੋਇਆ, ਉੱਥੇ ਰਾਜ ਦੀ ਗੱਲ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ। ਜਦੋਂ ਅਸੀਂ ਕਹਿੰਦੇ ਆਪਣੀ ਪੋਲੀਟੀਕਲ ਸੋਵਰੈਨਿਟੀ ਦੀ ਗੱਲ, ਇੱਕ ਕੌਂਕਰੀਟ ਰੂਪ ਵਿੱਚ ਆਉਣੀ ਸ਼ੁਰੂ ਹੋ ਗਈ ਸੀ, ਹਾਲਾਂਕਿ ਉਹ ਮੋਰਚੇ ਦੀ ਡਿਮਾਂਡ ਨਹੀਂ ਸੀ। ਸੋ ਕੌਣ ਕਿਹਨੇ ਵਾਇਲੇਟ ਕੀਤਾ, ਕਿਹਨੇ ਲਈ ਐਕਸੈਪਟ ਕੀਤੀਆਂ ਡਿਮਾਂਡਸ? ਇੰਡੀਅਨ ਗਵਰਨਮੈਂਟ ਨੇ। ਆਪਾਂ ਇਸ ਤਰ੍ਹਾਂ ਆਪਾਂ ਨੂੰ ਸਮਝਣਾ ਪੈਣਾ ਚੀਜ਼ਾਂ ਨੂੰ। ਸੋ ਅਗਲੀ ਗੱਲ ਫਿਰ ਜਾਰੀ ਰਹੀ
ਜਿਸ ਤਰ੍ਹਾਂ 1765 ਤੱਕਰ ਜਦ ਤੱਕਰ ਲਾਹੌਰ ਫਤਿਹ ਨਹੀਂ ਕਰ ਲਿਆ, ਘੱਲੂਘਾਰਿਆਂ ਦੇ ਹਾਫ ਪੋਪੂਲੇਸ਼ਨ ਕਿਲਡ ਇਨ ਵਨ ਡੇ, ਟੂ ਥਰਡਸ ਆਫ ਦਾ ਪੋਪੂਲੇਸ਼ਨ ਕਿਲਡ ਵਨ ਡੇ, ਉਹਦਾ ਦੋ ਤੇ ਸਾਡਾ ਫੋਕਸ ਹੈ ਕੁੱਪ ਤੇ ਕਾਹਨੂੰ ਵਾਲ ਦੇ, ਬਟ ਉਹ ਮਲਟੀਪਲ ਟਾਈਮ ਹੋਇਆ ਸੀ, ਜੇ 84 ਵਿੱਚ ਵੀ ਹੋਇਆ ਉਹਦੇ ਪਿੱਛੇ ਵੀ ਇਹੋ ਜਿਹੀ ਗੱਲ ਆ, ਤੇ ਜੇ ਅੱਗੇ ਵੀ ਹੋਣਗੇ, ਪਲੀਜ਼ ਡੋਂਟ ਮਾਈਂਡ ਮੀ ਸੇਇੰਗ ਦਿਸ, ਘੱਲੂਘਾਰੇ ਹੋਣਗੇ ਅੱਗੇ ਵੀ ਜਦ ਤੁਸੀਂ ਆਪਣੀ ਰੀਅਲ ਪੋਲੀਟੀਕਲ ਸੋਵਰੇਨਿਟੀ ਨੂੰ ਅਸਰਟ ਕਰੋਗੇ। ਇਹ ਬਹੁਤ ਕਲੀਅਰ ਆ। ਗੁਰੂ ਅਰਜਨ ਸਾਹਿਬ ਦੇ ਦਿਨਾਂ ਵਿੱਚ ਹੀ, ਸ਼ਹਾਦਤ ਦਿਨਾਂ ਵਿੱਚ ਹੀ ਹੋਇਆ ਸੀ ਨਾ 84 ਵਾਲਾ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਇਹ ਵੀ ਗੱਲ ਕੀਤੀ ਸੀ। ਮੈਂ ਉਹ ਵੀ ਗੱਲ ਥੋੜੀ ਜਿਹੀ ਕਰਾਂਗਾ। ਦੂਸਰੀ ਗੱਲ, ਜਿਹੜੇ ਇਹਨਾਂ ਨੂੰ ਲੀਡ ਕਰਦੇ ਨੇ ਸੰਤਾਂ ਦੇ ਥੋੜਾ ਜਿਹਾ ਫੋਕਸ ਲਿਆ ਕੇ, ਜਿਹਨਾਂ ਨੂੰ ਮੈਂ ਜਥੇਦਾਰ ਜਾਣ ਕੇ ਆਖ ਰਿਹਾ, ਕਿਉਂਕਿ ਜਦੋਂ ਕੌਮ ਦੇ ਜਥੇ ਨੂੰ ਲੀਡ ਕਰ ਰਹੇ ਨੇ, ਕਿਸੇ ਨੇ ਨੀ ਥਾਪਿਆ ਉਹਨਾਂ ਨੂੰ, ਉਹ ਆਰਗੈਨਿਕਲੀ ਡਿਵੈਲਪ ਹੋ ਗਏ। ਦੇਖੋ ਜਿਹੜਾ ਲੀਡ ਕਰੂ ਨਾ, ਉਹਦੇ ਬਾਰੇ ਬੜਾ ਕਲੀਅਰ ਆ ਬਾਣੀ ਵਿੱਚ। ਤੁਸੀਂ ਉਹ ਪ੍ਰਾਇਮਰੀ ਟੈਕਸ ਦੇਖ ਲਓ ਗੁਰੂ ਗ੍ਰੰਥ ਸਾਹਿਬ ਦੇ, ਸੈਕੰਡਰੀ ਟੈਕਸ ਦੇਖ ਲਓ ਦਸਮ ਗ੍ਰੰਥ ਦੇ ਤੇ 17 ਹੋਰ ਗ੍ਰੰਥਾਂ ਦੇ, ਉੱਥੇ ਕੋਈ ਦੋ ਰਾਹ ਨਹੀਂ ਆ। ਉਹ ਸ਼ਬਦ ਦੇ ਵਿੱਚੋਂ ਪੈਦਾ ਹੁੰਦੇ ਨੇ, ਉਹ ਨਾਮ ਦੇ ਵਿੱਚ ਰਸੇ ਹੁੰਦੇ ਨੇ, ਉਹੀ ਲੀਡ ਕਰ ਸਕਦੇ ਨੇ, ਬਾਕੀ ਥਿੜਕ ਜਾਣਗੇ ਮੇਰੇ ਵਾਂਗੂ, ਭਾਵੇਂ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਵੇ, ਸਰੂਪ ਵਿੱਚ ਵੀ ਹੋਣ, ਬਸ ਜਦ ਤੱਕਰ ਸ਼ਬਦ ਸੁਰਤ ਵਿੱਚ ਨਹੀਂ ਗਿਆ ਗੁਰਬਾਣੀ ਦੇ ਲਫ਼ਜ਼ ਨੇ, ਤਦ ਤੱਕਰ ਮਨ ਨਹੀਂ ਮੰਨ ਸਕਦਾ, ਤੇ ਜਦ ਤੱਕਰ ਉਹ ਨਾਮ ਵਿੱਚ ਨਹੀਂ ਭਿੱਜੇ ਹੋਏ। ਉਹ ਸਾਰੀ ਟ੍ਰੇਨਿੰਗ ਹੀ ਉਹਨਾਂ ਦੀ ਇਹ ਸੀ ਸੰਤਾਂ ਦੀ, ਤਾਂ ਜਿਹਨਾਂ ਨੂੰ ਮੈਂ ਜਥੇਦਾਰ ਕਹਿ ਰਿਹਾ ਵਾਰ ਵਾਰ, ਉਹ ਜ਼ਰੂਰੀ ਹੈ ਕਹਿਣਾ, ਕਿਉਂਕਿ ਸੰਤ ਬੜੇ ਸੀ, ਉਹ ਸਾਰੇ ਜਥੇਦਾਰ ਨਿਯੁਕਤ ਵੀ ਕੀਤੇ ਗਏ ਨੇ, ਡਿਕਟੇਟਰ ਬਣਾਏ ਗਏ, ਬਟ ਜਿਹੜੇ ਨਾਮ ਚ ਰੱਤੇ ਨੇ ਉਹੀ ਇਹ ਕਰਦੇ ਨੇ। ਮੈਂ ਆਉਂਦਾ ਆਉਂਦਾ ਅੱਜ ਰਾਜ ਸਾਹਿਬ ਦਾ ਪਾਠ, ਅੱਜ ਮੈਂ ਕਰਨ ਦੀ ਥਾਂ ਤਾਂ ਮੈਂ ਸੁਣ ਰਿਹਾ ਸੀ ਕਿ ਉਹ ਕਿਹੜਾ ਪਾਠ ਕਰਦੇ ਸੀ, ਮੈਂ ਜਾਣ ਕੇ, ਕਿਉਂਕਿ ਇਨ ਦਾ ਮੈਮਰੀ ਆਫ ਦਾ ਸੰਤ, ਇਹਨੂੰ ਪੰਥ ਦੇ ਬੜੇ ਟ੍ਰੈਡੀਸ਼ਨਸ ਨੇ, ਤੇ ਉਹਨਾਂ ਜਦੋਂ ਹਰਾਸ ਕਰਦੇ ਨੇ, ਚੌਪਈ ਦਾ ਪਾਠ ਕਰਦੇ ਨੇ, ਅੱਜ ਵੀ ਟਕਸਾਲ ਦਾ ਨੇਮ ਆ ਉਹਦੇ ਵਿੱਚ, ਉਹ ਲਾਈਨ ਆਉਂਦੀ ਹੈ ਨਾ, ਦੇਗ ਤੇਗ ਜਗ ਮੈਂ ਦਉ ਚੱਲਾ, ਤੇ ਅਗਲੀ ਲਾਈਨ ਕੀ ਹੈਗੀ, ਰਾਖ ਆਪ ਔਰ ਨਾ ਮੋਹ ਪਹਿਲਾਂ। ਇਕਨੋਮਿਕ ਤੇ ਪੋਲੀਟੀਕਲ ਕੰਮ ਤਾਂ ਲਗਾਤਾਰ ਜਾਰੀ ਰਹੂਗਾ, ਤੇ ਅਸੀਂ ਉਹਨੂੰ ਕਹਿੰਦੇ ਹਾਂ ਇੱਕ ਓਂਕਾਰ ਨੂੰ ਕਿ ਆਪ ਤੂੰ ਇਹਨਾਂ ਤੋਂ ਮੈਨੂੰ ਬਚਾ, ਇਹਨਾਂ ਦੇ ਥੱਲੇ ਨਾ ਮੈਨੂੰ ਲਾ ਦੀ ਕਿਤੇ, ਇਹ ਕੰਮ ਮੈਂ ਜਾਰੀ ਰੱਖਾਂ, ਉਹਨਾਂ ਦੀ ਇਹ ਟ੍ਰੇਨਿੰਗ ਆ। ਅੱਜ ਕੱਲ੍ਹ ਜਿਹੜੇ ਗੱਲ ਕਰਦੇ ਨੇ ਮੇਰੇ ਵਰਗੇ, ਸਾਡੀ ਜ਼ਬਾਨ ਤੇ ਅਸ਼ਲੀਲਤਾ ਵਿੱਚ ਅਸੀਂ ਗੱਲ ਕਰਦੇ ਹਾਂ, ਗੁੱਸੇ 'ਚ ਗੱਲ ਕਰਦੇ ਹਾਂ, ਬਟ ਉਹ ਵੀ ਆਖਦੇ ਹੁੰਦੇ ਸੀ ਦਸਮ ਬਾਣੀ ਨੂੰ ਮੁੱਖ ਰੱਖ ਕੇ ਉੱਕੇ, ਕਿ ਮੁੱਖ ਤੋਂ ਤਾਂ ਫਿਰ ਵੀ ਹਰੀ ਨਿਕਲੂਗਾ, ਚਿੱਤ ਮੈਂ ਜੁੱਦ ਵਿਚਾਰੇ। ਇਹ ਫਰਕ ਆ ਦੂਰਅੰਦੇਸ਼ੀ ਹੋਣੀ, ਇਹ ਫਰਕ ਆ ਕਿ ਤੁਹਾਡੀ ਸਿਟੀ ਹੀ ਇਜ਼ ਡੀਲਿੰਗ ਵਿਦ ਆਲ ਦੀ ਅਕਾਲੀਸ, ਤੁਹਾਨੂੰ ਪਤਾ ਉਹਨਾਂ ਦੇ ਕਿੰਨੇ ਕਲਰਫੁਲ ਅਕਾਲੀਸ ਦੇ ਤਿੰਨ ਨਾਲ ਜਿਹੜੇ ਮੈਂ ਲਾਏ ਨੇ। ਹੀ ਇਜ਼ ਆਲਸੋ ਡੀਲਿੰਗ ਵਿਦ ਮਲਟੀਪਲ ਪੰਥਕ ਜਥੇਬੰਦੀਆਂ, ਇੰਡੀਅਨ ਪ੍ਰੈਸ, ਪੰਜਾਬ ਦੀ ਪ੍ਰੈਸ, ਜਿਹੜੇ ਹਿੰਦੂ ਲੋਬੀ, ਜਿਹੜੀ ਪੋਲੀਟੀਕਲ ਹਿੰਦੂ ਲੋਬੀ ਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰ ਰਹੇ ਨੇ, ਜਿਹੜੇ ਪੰਜਾਬ ਦਾ ਆਮ ਹਿੰਦੂ ਆ ਉਹਦੇ ਨਾਲ ਕਿਸ ਤਰ੍ਹਾਂ ਪ੍ਰੇਮ ਨਾਲ ਡੀਲ ਕਰ ਰਹੇ ਨੇ। ਇਹ ਸ਼ਬਦ ਤੇ ਨਾਮ ਵਿੱਚੋਂ ਜਿਹੜੀ ਲੀਡਰਸ਼ਿਪ ਆਉਂਦੀ ਆ ਉਹ ਕਰਦੀ ਆ, ਬਾਕੀ ਨਹੀਂ ਤਾਂ ਅਸੀਂ ਬੜਾ ਕੁਛ ਹੋਰ ਬੋਲ ਜਾਂਦੇ ਹਾਂ ਜਿਹੜਾ ਗੁਰਮਤਿ ਦੇ ਅਨੁਕੂਲ ਹੁੰਦਾ, ਇਸ ਕਰਕੇ ਅਸੀਂ ਸਿਰੇ ਵੀ ਨਹੀਂ ਚੜਾ ਪਾਉਂਦੇ ਗੱਲਾਂ। ਇਹ ਸਾਰਾ ਕੁਛ ਹੋਇਆ ਕਿਉਂ, ਰਾਜ ਕਰਕੇ। ਰਾਜ ਦੀ ਗੱਲ ਵੀ ਸਾਨੂੰ ਕਲੀਅਰ ਹੈ, ਬਾਣੀ ਵਿੱਚ ਆਇਆ ਕਿ ਪਹਿਲੇ ਪਾਤਸ਼ਾਹ ਨੇ ਰਾਜ ਸ਼ੁਰੂ ਕੀਤਾ ਸੀ ਧਰਮ ਲਈ। ਤੁਹਾਨੂੰ ਅਜੀਬ ਲੱਗੂਗਾ ਪਰ ਬਾਣੀ ਸਹੀ ਹੈ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਦ ਦੇ। ਤੇ ਗੁਰੂ ਅਰਜਨ ਸਾਹਿਬ ਨੇ ਜਦੋਂ ਉਹਦਾ ਦੱਸਿਆ ਕਿ ਗੁਰੂ ਨਾਨਕ ਸਾਹਿਬ ਇਸ ਧਰਤੀ ਤੋਂ ਕਿਉਂ ਆਏ, ਕਹਿੰਦੇ ਉਹਨਾਂ ਨੇ ਧਰਮ ਕੀਤਾ ਬਟ ਧਰਮ ਆਇਆ ਨਹੀਂ ਸੀ ਜਿਵੇਂ ਆਮ ਧਰਮ ਸੀ, ਇੱਕ ਨਾਮ ਧਰਮ। ਗੁਰੂ ਅਰਜਨ ਸਾਹਿਬ ਦਾ ਸਟੇਟਮੈਂਟ ਆ, ਵਿਚ ਮੀਨਸ ਇੱਕ ਨਾਮ ਦੇ ਉੱਤੇ ਜਿਹੜੇ ਫੋਕਸ ਨੇ ਉਹ ਰਾਜ ਕਾਇਮ ਕਰਦੇ ਨੇ, ਬਾਕੀ ਉਹਨਾਂ ਦੀ ਸਪੋਰਟਰ ਹੋ ਸਕਦੇ ਨੇ, ਕਿਉਂਕਿ ਜੇ ਸ਼ਬਦ ਤੇ ਨਾਮ ਹੀ ਲਾਈਫ ਹੈ ਨਹੀਂ ਤੁਸੀਂ ਰਾਜ ਕਾਇਮ ਨਹੀਂ ਕਰ ਸਕਦੇ। ਤੇ ਗੁਰੂ ਨਾਨਕ ਸਾਹਿਬ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ
ਕਿ ਗੁਰੂ ਨਾਨਕ ਸਾਹਿਬ ਨੇ ਰਾਜ ਯੋਗ ਮਾਣਿਓ ਨਿਰੰਤਰ ਰਿਧ ਅੰਤਰ, ਇਹ ਪਰਟੀਕੁਲਰ ਫਰੇਜ਼ ਆਈਆਂ ਨੇ, ਵਿਚ ਮੀਨਸ ਕਿ ਉਹਨਾਂ ਨੇ ਰਾਜ ਕਰਨਾ ਵੀ, ਪਾਲਿਸੀ ਗਵਰਨੈਂਸ ਤੇ ਯੋਗ ਰੱਬ ਦੇ ਨਾਲ ਮਿਲਾਪ ਵੀ ਦੋਨਾਂ ਨੂੰ ਇੰਜੋਏ ਕੀਤਾ। ਤੁਹਾਨੂੰ ਇਹ ਗੱਲਾਂ ਦਾ ਪਤਾ ਬੜੇ ਕਰਨੀਆਂ ਜ਼ਰੂਰੀ ਨੇ ਇੱਥੇ ਕਿ ਕੌਣ ਇਹ ਕੰਮ ਕਰੂ ਜਿਹੜਾ ਇਸ ਪਰੰਪਰਾ ਚੋਂ ਜਿਨ੍ਹਾਂ ਨੇ ਸ਼ੁਰੂ ਕੀਤਾ ਤੀਸਰ ਮਜ਼ਹਬ, ਇਹ ਉਹਨਾਂ ਨੇ ਆਪ ਕੀਤਾ ਤੇ ਜਿਹੜੇ ਅਸੀਂ ਫੋਲੋ ਕਰਨਾ ਚਾਹੁੰਦੇ ਹਾਂ ਸਾਨੂੰ ਵੀ ਇਹੀ ਕਰਨਾ ਪਊ, ਤਾਂ ਹੀ ਗੱਲ ਸਿਰੇ ਚੜੂਗੀ, ਨਹੀਂ ਤਾਂ ਕੋਈ ਗੱਲ ਨਹੀਂ। ਸਮਾਂ ਬੜਾ ਲੱਗਦਾ ਤੇ ਹੁਣ ਵੀ ਲੱਗ ਸਕਦਾ ਹੁਣ, ਕਿਉਂਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਿਨਾਂ ਦੀ ਗੱਲ ਆ, 84 ਵਿੱਚ ਵੀ ਉੱਥੇ ਆਇਆ। ਇੱਕ ਗੱਲ ਕਰਨੀ ਹੈ ਬਹੁਤ ਜ਼ਰੂਰੀ ਹੈ ਸਿਰ ਤੋਂ ਲੱਗ ਜਾਣ 'ਚ ਕਿ ਅਸੀਂ ਕੀ ਕਰੀਏ, ਅਗਲੀ ਵਿਜ਼ਨ ਦੀ ਗੱਲ ਵੀ ਆਊਗੀ। ਦੇਖੋ ਜਦ ਆਪਾਂ ਅੱਜ ਕੱਲ੍ਹ ਵੀ ਕਹਿੰਦੇ ਕਿੰਨਾ ਟੋਰਚਰ ਹੋਇਆ 84 ਤੋਂ, ਉਸ ਦੇ ਦਹਾਕੇ ਤੋਂ ਬਾਅਦ, ਵੈਸੇ ਸ਼ੁਰੂ ਤਾਂ ਸ਼ੁਰੂ ਹੋ ਗਿਆ ਸੀ 81 ਤੋਂ ਹੀ ਜ਼ਿਆਦਾ, ਬੜਾ ਬਹੁਤ ਦਹਾਕੇ ਨੂੰ ਮੰਨਦੇ ਬਹੁਤ ਟੋਰਚਰ ਕੀਤਾ ਗਿਆ। ਗੁਰੂ ਅਰਜਨ ਸਾਹਿਬ ਨੂੰ ਟੋਰਚਰ ਕੀਤਾ ਗਿਆ, ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਭਾਈ ਮਨੀ ਸਿੰਘ ਗਿਆਨ ਰਤਨਾਵਲੀ ਜਿਹਨੂੰ ਅਸੀਂ ਆਖਦੇ ਹਾਂ, ਉਹਦੇ 'ਚ ਆਇਆ ਕਿ ਦੋ ਸਿੱਖ ਮਿਲਣ ਗਏ ਜਿਹਨਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਸੂਰਬੀਰ ਤੇ ਪਰਉਪਕਾਰੀ ਸੀਗੇ, ਭਾਈ ਸਿਗਾਰੂ ਤੇ ਭਾਈ ਜੈਤਾ, ਉਹ ਗਏ ਗੁਰੂ ਸਾਹਿਬ ਨੂੰ ਮਿਲਣ ਕੇ। ਦੇਖੋ ਕੋਈ ਵੀ ਸਿੱਖ ਆ, ਆਪਾਂ ਤਾਂ ਇੱਕ ਚੰਗੇ ਸਿੱਖ ਨੂੰ ਦੇਖ ਕੇ ਵੀ ਟੋਰਚਰ ਹੁੰਦੀ ਕਿ ਕਿਸੇ ਇਨਸਾਨ ਨੂੰ ਦੇਖ ਕੇ ਵੀ ਸਾਨੂੰ ਲੱਗੂ ਇਹ ਕੀ ਹੋ ਰਿਹਾ, ਉਹ ਗੁਰੂ ਸਾਹਿਬ ਨੂੰ ਦੇਖ ਰਹੇ ਨੇ 2 ਦਿਨ ਪਹਿਲਾਂ, ਇਹ ਰਿਕਾਰਡਡ ਹਿਸਟਰੀ ਆ ਸਾਡੀ। ਤੇ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਕੀ ਕਹਿੰਦੇ ਨੇ, ਸਿੱਖਾਂ ਦੀ ਭਗਤ ਮਾਲਾ 'ਚ ਲਿਖਿਆ ਬਚਨ ਕੀਤਾ, ਵਿਚ ਮੀਨਸ ਗੁਰੂ ਅਰਜਨ ਸਾਹਿਬ ਸਪੋਕ, ਐਂਡ ਲਾਈਨ ਐਗਜੈਕਟਲੀ ਪੜ੍ਹਨੀ ਆ ਜਿਵੇਂ ਗਿਆਨ ਰਤਨਾਵਲੀ 'ਚ ਆਈ ਆ, ਉਹ ਲੰਬਾ ਪੈਰਾਗ੍ਰਾਫ ਆ, 2 ਲਾਈਨਾਂ ਹੀ ਸਿਰਫ, ਉਹ ਕੀ ਹੈ, ਸਮਾਂ ਕਲਯੁਗ ਦਾ ਵਰਤਣਾ ਹੈ। ਹੁਣ ਕਲਯੁਗ ਦਾ ਸਮਾਂ ਤੁਹਾਨੂੰ ਪਤਾ ਹੋ, ਇੰਡੀਅਨ ਕੈਲੰਡਰ ਈਅਰ ਨਹੀਂ ਹੈਗੇ, ਕਲਯੁਗ ਦਾ ਮਤਲਬ ਹੈ ਜੇ ਸਾਡੇ ਮਾਈਂਡ ਦੇ ਵਿੱਚ ਡਾਰਕਨੈਸ ਆ, ਜਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਕਰੀਏ, ਆਪਾਂ ਵੀ ਕਹਿੰਦੇ ਕੀ ਕਰੀਏ, ਕੀ ਕਰਨ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਜਦ ਇਹ ਲੈਵਲ ਆ ਜਾਵੇ ਕੀ ਕਰੋ, ਕਹਿੰਦੇ ਸਮਾਂ ਕਲਯੁਗ ਦਾ ਵਰਤਣਾ ਹੈ, ਸ਼ਸਤਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ, ਤੇ ਸ਼ਬਦ ਦੀ ਪ੍ਰੀਤ ਸਮਝ ਕਰ ਪੀਰ ਦੀ ਪੀਰੀ ਲੈ ਲੈਣੀ ਹੈ। ਸ਼ਬਦ ਦੀ ਪ੍ਰੀਤ ਸਮਝ ਕਰ, ਜਿਹੜੇ ਸਪਿਰਿਚੁਅਲ ਕਰਪਟ ਬੰਦੇ ਨੇ ਆਪਾਂ ਉਹ ਵੀ ਉਹਨਾਂ ਕੋਲੋਂ ਉਹਨਾਂ ਦੀ ਸਪਿਰਿਚੁਅਲਿਟੀ ਛਿੰਨ ਲੈਣੀ ਹੈ ਹੁਣ, ਬਟ ਸ਼ਬਦ ਦੀ ਪ੍ਰੀਤ ਕਰ, ਤੇ ਸ਼ਸਤਰ ਦੀ ਵਿਦਿਆ ਕਰ ਕਰ ਜਿਹੜੇ ਪੋਲੀਟੀਕਲ ਬੰਦੇ ਨੇ ਉਹਨਾਂ ਦੀ ਪੋਲਿਟਿਕਸ ਅਸੀਂ ਖਿੱਚ ਲੈਣੀ ਹੈ, ਵਿਚ ਮੀਨਸ ਕਿ ਅਸੀਂ ਪ੍ਰਿਪੇਅਰਡ ਆ। ਸ਼ਸਤਰ ਦੇਖੋ ਲੜਾਈ ਇੱਕ ਹੁੰਦੀ ਅੰਦਰ ਲਈ ਬਾਹਰ ਲਈ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਇੱਧਰ ਵੱਲ ਥੋੜਾ ਜਿਹਾ ਇਸ਼ਾਰਾ ਹੀ ਕਰ ਰਿਹਾ ਕਿਉਂਕਿ ਸਮੇਂ ਨੂੰ ਮੁੱਖ ਰੱਖਦੇ ਹੋਏ ਜਿੱਦਾਂ ਟਾਈਮ ਦੱਸਿਆ ਗਿਆ ਕਿ ਜਿਹੜੀ ਇੱਕ ਅੰਦਰਲੀ ਤਿਆਰੀ ਆ ਉਹ ਸਿੱਖ ਸਭਾ ਦੀਖਿਆ ਕਾ ਭਾਓ, ਅੱਜ ਸਵੇਰ ਦਾ ਹੁਕਮ ਵੀ ਦਰਬਾਰ ਸਾਹਿਬ ਤੋਂ ਕਿ ਭਾਓ ਭਗਤ ਜੀ ਨੂੰ ਹੁੰਦੀ ਆ, ਉਹਨੂੰ ਕੋਈ ਸਰਪ੍ਰਾਈਜ਼ ਨਹੀਂ ਆਉਂਦੇ। ਤੇ ਇੱਥੇ ਵੀ ਗੁਰੂ ਅਰਜਨ ਸਾਹਿਬ ਸਿੱਧਾ ਦੱਸ ਰਹੇ ਨੇ ਦੋਨਾਂ ਸਿੱਖਾਂ ਨੂੰ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਨਵੇਂ ਗੁਰੂ ਬਣਨਗੇ ਉਹਨਾਂ ਨੂੰ ਇਹ ਦੋਨੋਂ ਗੱਲਾਂ ਸੁਨੇਹਾ ਦੇ ਦਿਓ। ਟਾਈਮ ਇਸ ਕਿ ਸ਼ਬਦ ਦੀ ਪ੍ਰੀਤ ਜਾਰੀ ਰਵੇ, ਤੇ ਟਾਈਮ ਇਸ ਕਿ ਐਕਸਟਰਨਲ ਲੜਾਈ ਲਈ ਜਿਹਦੇ ਕੋਲ ਸ਼ਸਤਰ ਹੁੰਦੇ ਨੇ ਉਹਦੇ ਕੋਲ ਸਟ੍ਰੈਟਜੀ ਵੀ ਹੁੰਦੀ ਆ, ਉਹਦੇ ਕੋਲ ਡਿਪਲੋਮਸੀ ਵੀ ਹੁੰਦੀ ਆ, ਉਹਨਾਂ ਕੋਲ ਜਦੋਂ ਵਰਤਣਾ, ਅਸੀਂ ਸੋਲਜਰ ਤੇ ਵਾਰੀਅਰ ਦਾ ਇੱਕ ਇਹੀ ਫਰਕ ਆ, ਅਸੀਂ ਹੈਗੇ ਹਾਂ ਸੂਰਜ ਪਰਵਾਣੀ ਮੁਤਾਬਕ, ਅਸੀਂ ਸਿਪਾਹੀ ਨਹੀਂ ਹੈਗੇ ਇਕੱਲੇ ਜਿਵੇਂ ਅੱਜ ਕੱਲ੍ਹ ਦੇ ਸਿਪਾਹੀ ਨੇ, ਉਹਦਾ ਤਾਂ ਕੰਮ ਆ ਸਿਪਾਹੀਆਂ ਦੇ ਤਾਂ ਅੱਜ ਵੀ, ਤੇ ਆਰਮੀ ਵਾਲਿਆਂ ਦੇ ਕੋਰਟ ਮਾਰਸ਼ਲ ਹੁੰਦੇ ਨੇ, ਕਦੇ ਵਾਰੀਅਰ ਦਾ ਕੋਰਟ ਮਾਰਸ਼ਲ ਹੋਣਾ ਸੁਣਿਆ, ਕਿਉਂਕਿ ਉਹਦੀ ਟ੍ਰੇਨਿੰਗ ਆ, ਇੱਕ ਵੀ ਗਲਤ ਕੰਮ ਨਹੀਂ ਕਰਦਾ ਕਿਉਂਕਿ ਉਹ ਸ਼ਬਦ ਦੀ ਪ੍ਰੀਤ ਚੋਂ ਪੈਦਾ ਹੋਇਆ। ਸੋ ਸ਼ਸਤਰ ਦੀ ਵਿਦਿਆ ਲੈਣੀ ਮਤਲਬ ਜਿਹੜੀ ਐਕਸਟਰਨਲ ਲੜਾਈ ਆ, ਜਿਹਨੂੰ ਅਸੀਂ ਅੱਜ ਕੱਲ੍ਹ ਸਿਵਲ ਸੋਸਾਇਟੀ ਆਖਦੇ ਹਾਂ, ਫੋਰਸ ਆਖਦੇ ਹਾਂ, ਡਿਪਲੋਮਸੀ ਆਖਦੇ ਹਾਂ, ਉਹ ਸਿੱਖ ਨਜ਼ਰੀਏ ਤੋਂ ਕਰਨੀ। ਅਗਲੀ ਗੱਲ ਅੰਤ ਵੱਲ ਮੈਂ ਆ ਰਿਹਾ ਆਪਣੇ ਟਾਈਮ ਨੂੰ ਦੇਖਦਾ ਹੋਇਆ,
ਹੁਣ ਗੱਲ ਇਹ ਹੈ ਕਿ ਜੇ 1710 ਤੋਂ ਲੈ ਕੇ 1765 ਤੱਕ ਲਗਾਤਾਰ ਜੈਨੋਸਾਈਡਲ ਕੈਂਪੇਨਸ ਹੋਈਆਂ, ਤੁਹਾਨੂੰ ਪਤਾ ਵੱਡੇ ਘੱਲੂਘਾਰੇ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ, ਕਹਿੰਦੇ ਲਾਹੌਰ ਦੇ ਸਾਰੇ ਸਿੱਖ ਮਾਰ ਦਿਓ। ਦੱਸੋ ਡਿਡ ਇਹ ਸਾਡੀ ਸਟੋਰੀ ਹੈਗੀ 1760s ਦੀ। ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੋਡਾਊਨ ਕਰੋ, ਜਿਹੜਾ ਇਸ ਵੇਲੇ ਮਲੇਰਕੋਟਲੇ ਦਾ ਕੁੱਪ ਦਾ ਏਰੀਆ, ਮਲੇਰਕੋਟਲੇ ਸਟੇਟ ਨੂੰ ਅਹਿਮਦ ਸ਼ਾਹ ਅਬਦਾਲੀ ਜੀ ਦਾ ਐਕਸ਼ਨ ਦਾ ਦੌਰਾਨੀ ਆ, ਉਹਨੂੰ ਇਨਵਾਈਟ ਕੀਤਾ ਗਿਆ, ਕੋਡਾਊਨ ਕੀਤਾ ਗਿਆ ਉਸ ਏਰੀਏ ਨੂੰ, ਜਿਵੇਂ ਪਿਛਲੇ ਸਾਲ ਪੰਜਾਬ ਤੇ ਹਰ ਮਹੀਨੇ ਵਿੱਚ ਸਰਚ ਐਂਡ ਕੋਡਾਊਨ ਆਪਰੇਸ਼ਨ ਹੋਏ ਨੇ। ਅਜੇ ਜੈਨੋਸਾਈਡਲ ਬਣ ਨਹੀਂ ਗਏ ਪਰ ਕੋਡਾਊਨਿੰਗ ਹੋ ਰਹੀ ਸੀ। ਦਿਸ ਇਜ਼ ਸਟਿਲ ਕੰਟੀਨਿਊਇੰਗ, ਇਸ ਕਰਕੇ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਉਹ ਤਿਆਰੀ ਹੁੰਦੀ ਹੈ, ਉਸ ਵੇਲੇ ਉਹਨਾਂ ਨੇ ਤਿਆਰੀ ਕੀਤੀ, ਮਲੇਰਕੋਟਲੇ ਦੇ ਸਟੇਟ ਨੇ ਇਨਵਾਈਟ ਕੀਤਾ, ਸਿੱਖਾਂ ਦੀਆਂ 12 ਮਿਸਲਾਂ ਸੀਗੀਆਂ ਉਸ ਵੇਲੇ ਸਿੱਖਾਂ ਦੀਆਂ, ਇੱਕ ਮਿਸਲ ਨੇ ਉਹਨਾਂ ਦਾ ਸਾਥ ਵੀ ਦਿੱਤਾ। 11 ਬੱਚੀਆਂ, ਬਟ 11 ਨੇ ਇਹ ਨਹੀਂ ਕਿਹਾ ਕਿ ਸਾਰੇ ਇਕੱਠੇ ਹੋ ਜਾਏ, ਜਿਵੇਂ ਆਪਾਂ ਕਹਿੰਦੇ ਸਾਰੇ ਨਹੀਂ ਇਕੱਠੇ ਹੁੰਦੇ ਕਦੇ ਵੀ। ਉਹਨਾਂ ਵਿੱਚੋਂ 2 ਨੇ ਫਿਰ ਕਿਹਾ ਕਿ ਹੁਣ ਆਪਾਂ 2 ਤਾਂ ਇਕੱਠੇ ਹੋ ਜਾਈਏ। ਉਹ ਸੀਗੇ ਬਾਬਾ ਚੜਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਤੇ ਸੀਗੇ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨ ਉਲ ਕੌਮ। ਉਹ ਦੋਨਾਂ ਨੇ ਇਕੱਠੇ ਹੋ ਕੇ 3 ਸਾਲਾਂ ਵਿੱਚ ਲਾਹੌਰ ਫਤਿਹ ਕਰਾਈ ਭੰਗੀ ਸਰਦਾਰਾਂ ਨੇ, ਜਦ 1765 ਵਿੱਚ ਫਤਿਹ ਕੀਤੀ। ਇਹ ਗੱਲ ਮੈਂ ਕਿਉਂ ਕਰ ਰਿਹਾ, ਮੈਂ ਥੋੜ੍ਹਾ ਜਿਹਾ ਇਹਦੇ ਬਾਰੇ ਜਿਹੜੇ 7 ਸਾਲ ਪਹਿਲਾਂ ਇੱਕ ਅਨੈਲਿਸਿਸ ਕਰਨਾ ਸ਼ੁਰੂ ਕੀਤਾ ਕਿ ਇਸ ਵੇਲੇ ਪੰਥ ਦੀਆਂ ਜੇ 12 ਮਿਸਲਾਂ ਵਾਲਾ ਸਿਸਟਮ ਤਾਂ ਹੈ ਨਹੀਂ, ਵੀ ਆਰ ਆਲਵੇਜ਼ ਇਵੋਲਵਿੰਗ। ਹੁਣ ਮੈਂ ਦੇਖਿਆ ਸਾਡੇ ਕੋਲ 200 ਦੇ ਕਰੀਬ ਇੱਕ ਫੋਲੋਅਰਸ਼ਿਪ ਸਿੱਖਾਂ ਦੀ ਬਣੀ ਹੋਈ ਹੈ, 200 ਦੇ ਕਰੀਬ ਜਥੇਬੰਦੀਆਂ ਦੀ। ਉਹ ਇੱਕ ਰਿਲੀਜੀਅਸ ਹੋ ਸਕਦੀ ਹੈ ਜਾਂ ਪੋਲੀਟੀਕਲ ਹੋ ਸਕਦੀ ਹੈ ਜਾਂ ਸੋਸ਼ਲ ਇਕਨੋਮਿਕ ਵੀ ਹੈਗੀ ਹੈ, ਮਤਲਬ ਉਹਨਾਂ ਦੀ ਫੋਲੋਅਰਸ਼ਿਪ ਹੈਗੀ ਹੈ ਕਿਸੇ ਨਾ ਕਿਸੇ ਲੈਵਲ ਦੀ। ਉਹ 200 ਦਾ ਤੁਸੀਂ 10% ਪੰਜਾਬ ਦਾ ਇਲੈਕਸ਼ਨ ਦਾ, ਜੇ ਤੁਸੀਂ 2 ਅੰਕੜਿਆਂ ਨੂੰ ਦੇਖਣਾ, ਖਡੂਰ ਸਾਹਿਬ ਦੇ ਤੇ ਫਰੀਦਕੋਟ ਦੇ ਸਿੱਖਾਂ ਦਾ ਇੰਡੀਪੈਂਡੈਂਟ ਵੋਟ 10% ਬਣਿਆ, ਉਹ ਵੀ ਦੇਖੋ ਕਿੰਨੀ ਵੱਡੀ ਗੱਲ ਹੈ। ਇਸ ਤਰ੍ਹਾਂ ਇਹਨੂੰ ਦੇਖਣਾ ਪੈਣਾ, ਅਦਰਵਾਈਜ਼ ਕੋਈ ਸਮਝ ਨਹੀਂ ਆਉ। 10% ਜੇ 200 ਦੇ ਵੀ ਲਾਉਂਦੇ ਹੋ, 20 ਜਥੇਬੰਦੀਆਂ ਤਾਂ ਇਕੱਠੇ ਕਰਕੇ ਇਹ ਲਾ ਲੈਣ ਕਿ ਅਸੀਂ ਆਪਣੀ ਜਥੇਬੰਦੀ ਦੀ ਗੱਲ ਨਹੀਂ ਕਰਨੀ, ਅਸੀਂ ਇੰਡੀਆ ਪੰਜਾਬ MLA MP SGPC SID ਇਹ ਦੀ ਗੱਲ ਨਹੀਂ ਕਰਨੀ, ਅਸੀਂ ਤਾਂ ਸਿਰਫ ਪੰਥ ਦੀ ਕਰਨੀ ਆ ਤੇ ਉਹੀ ਕੰਮ ਕਰਾਂਗੇ। ਓਨਲੀ 20 ਇਫ ਯੂ ਇਮੈਜਿਨ, ਤੁਸੀਂ ਨਤੀਜੇ ਦੇਖਿਓ ਫਿਰ ਕਿਵੇਂ ਆਉਣਗੇ, ਕਿਉਂਕਿ ਪਹਿਲਾਂ ਵੀ ਐਂ ਆਏ ਸੀਗੇ, ਸਾਰੇ ਨਹੀਂ ਕਦੇ ਇਕੱਠੇ ਹੁੰਦੇ, ਕੁਛ ਕੁ ਫਿਰ ਸਪੋਰਟਰਸ ਆ ਜਾਂਦੇ ਨੇ, ਕੁਛ ਕੁ ਫਿਰ ਉਤਸ਼ਾਹ ਨਾਲ ਆ ਜਾਂਦੇ ਨੇ ਨਾਲ, ਕਹਿੰਦਾ ਚਾਹ ਵੀ ਚੜਦਾ ਨਾ। ਚਾਹ ਦੇ ਵਿੱਚ ਜਿਹੜਾ ਪ੍ਰੋਫੈਸਰ ਕੁਲਸਿੰਘ ਸਿੰਘ ਨੇ ਲਿਖਿਆ, ਇਹ ਜਿਹੜੇ ਪੰਜਾਬ ਦੇ ਮੁੰਡੇ ਨੇ ਟੈ ਨਾ ਮੰਗਣ ਕਿਸੇ ਦੀ, ਬਟ ਪਿਆਰ ਨਾਲ ਜੋ ਮਰਜ਼ੀ ਕਰਾ ਲਓ। ਇਹ ਸ਼ਬਦ ਦੀ ਪ੍ਰੀਤ ਦਾ ਇਹ ਅਸਰ ਸਾਡੀ ਸਾਈਕੀ ਚ ਹੈ, ਉਹਨੂੰ ਅਸੀਂ ਦੁਬਾਰਾ ਲਿਆਵਾਂਗੇ ਤਾਂ 1765 ਵਾਂਗੂ ਅਸੀਂ ਦੁਬਾਰਾ ਕਰ ਸਕਦੇ ਹਾਂ। ਤੇ ਸਰਦਾਰ ਕਪੂਰ ਸਿੰਘ ਦੀ ਕੋਟ ਹੈ, ਕਿਉਂਕਿ ਅਸੀਂ ਅੱਜ ਦੇ ਮਾਹੌਲ ਵਿੱਚ ਉਹ ਸਮਝਾਂਗੇ ਤਾਂ ਥੋੜ੍ਹਾ ਜਿਹਾ ਹੋਰ ਬੈਟਰ ਪਤਾ ਲੱਗੂਗਾ। ਉਹ ਕਹਿੰਦੇ ਨੇ 1721 ਤੋਂ ਲੈ ਕੇ, ਮੈਂ ਉਹਦਾ ਨਾਲ ਅਨੁਵਾਦ ਕਰ ਰਿਹਾ, ਜਿਹੜਾ ਗੋਲਡਨ ਟੈਂਪਲ ਕੰਪਲੈਕਸ ਹੈਗਾ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਸੈਂਟਰ ਬਣਿਆ ਹੋਇਆ ਸੀ, 250 ਸਾਲ 1721 ਤੋਂ ਲੈ ਕੇ, ਮਤਲਬ ਹੁਣ ਤੁਸੀਂ ਉਹਨੂੰ 300 ਕਰ ਲਓ, ਕਿਉਂਕਿ ਸਰਦਾਰ ਕਪੂਰ ਸਿੰਘ ਹੁਣ 1970s ਵਿੱਚ ਲਿਖ ਰਹੇ ਨੇ, ਮਤਲਬ 300 ਸਾਲ ਹੋ ਗਏ ਨੇ ਕੀ ਹੋ ਰਿਹਾ ਸਿੱਖਾਂ ਨੂੰ। ਹਿਸ ਲਾਈਨ ਇਜ਼, ਸਿੱਖਸ ਵਰ ਡਿਕਲੇਅਰਡ ਐਜ਼ ਆਊਟਲਾ ਬਾਏ ਦਾ ਸਟੇਟ, ਆਊਟਲਾ ਬਣਾਤਾ ਸਟੇਟ ਨੇ ਸਾਨੂੰ, 300 ਸਾਲਾਂ ਦਾ ਚੱਲ ਰਿਹਾ ਸਾਡੇ ਨਾਲ। ਵੈਦਰ ਦਾ ਗੋਲਡਨ ਟੈਂਪਲ ਇਟਸ ਐਡਜੰਕਟਸ ਵਰ ਰਿਡਿਊਸਡ ਟੂ ਦਾ ਮੈਸ ਆਫ ਰੂਇਨਸ ਔਰ ਦੇ ਵਰ ਫੋਰਸਿਬਲੀ ਆਕਿਪਾਈਡ ਬਾਏ ਦਾ ਸਟੇਟ, ਕਹਿੰਦੇ ਕਈ ਵਾਰ ਤਬਾਹੀ ਕਰਕੇ ਕਰਦੇ ਸੀ, ਕਈ ਵਾਰ ਮਾਰ ਕੇ ਕਰਦੇ ਸੀ।
ਕੀ ਕਰਦੇ ਸੀ ਫਿਰ? ਵੈਦਰ ਦਾ ਸਿੱਖਸ ਵਾਰ ਆ ਸੋਵਰਨ ਪੀਪਲ ਔਰ ਪੋਲੀਟੀਕਲੀ ਸਬਜੂਗੇਟਡ, ਕਹਿੰਦੇ ਜਿਹਨੂੰ ਅਸੀਂ ਰਤਨ ਸਿੰਘ ਭੰਗੂ ਦੀ ਵਕੈਬਲਰੀ ਚ ਆਖਦੇ ਹਾਂ, ਕਦੇ ਉਹ ਬਾਗੀ ਹੁੰਦੇ ਸੀ ਭਾਵੇਂ ਬਾਦਸ਼ਾਹ ਹੁੰਦੇ ਸੀ, ਬਟ ਆਜ਼ਾਦ ਹੁੰਦੇ ਸੀ, ਇਸ ਕਰਕੇ ਸਰਕਾਰਾਂ ਇਹ ਕਰਦੀਆਂ ਸੀ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਵਾਰ ਰੂਲਰ ਬਣ ਜਾਓ, ਰੂਲ ਦਾ ਇੱਕ ਆਈਡੀਆ ਸਾਡਾ ਰਾਜ ਦਾ, ਕਈ ਵਾਰ ਅਸੀਂ ਉਹਨੂੰ ਤੇ ਨਾਲ ਉਹ ਥੱਪ ਬਿਥੱਪ ਹੈ, ਇਹ ਕਪੈਸਿਟੀ ਹੈਗੀ। ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਕਿ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਕਿਸ ਤੇ ਸੁਪ੍ਰਸੰਨ ਨੇ, ਉਹ ਇੱਕ ਲਾਈਨ ਹੈ ਤੇ ਨਾਲ ਉਹ ਥੱਪ ਬਿਥੱਪ ਹੈ, ਕਹਿੰਦੇ ਉਹ ਦੁਰੀਚਿਆਂ ਤੇ ਬਹਿੰਦੇ ਨੇ, ਮਤਲਬ ਉਹ ਸੋਵਰਨ ਨੇ ਤੇ ਉਹ ਰਾਜ ਖੋ ਵੀ ਸਕਦੇ ਨੇ, ਉਹ ਰਾਜ ਲੈ ਵੀ ਸਕਦੇ ਨੇ। ਇਸ ਤਰ੍ਹਾਂ ਦੀ ਗੱਲਾਂ ਗੁਰੂ ਗ੍ਰੰਥ ਸਾਹਿਬ ਚ ਨੇ ਤੇ ਉਹ ਪ੍ਰੋਫੈਸਰ ਸਰਦਾਰ ਕਪੂਰ ਸਿੰਘ ਨੂੰ ਇੰਟਰਪ੍ਰੀਟ ਕਰ ਰਹੇ ਨੇ। ਬਟ ਦੇ ਹੈਵ ਨੈਵਰ ਅਬੈਂਡਨਡ ਔਰ ਕੰਪਰੋਮਾਈਜ਼ਡ ਦਾ ਪੋਜੀਸ਼ਨ, ਦੋ ਪੋਜੀਸ਼ਨਸ ਨੇ। ਸਰਦਾਰ ਕਪੂਰ ਸਿੰਘ ਕਹਿੰਦੇ ਜੋ ਮਰਜ਼ੀ ਹੋ ਰਿਹਾ ਹੋਵੇ ਰਿਐਲਿਟੀ ਵਿੱਚ, ਜਿਹੜਾ ਸਿੱਖਾਂ ਦਾ ਪੰਥਕ ਸਮੂਹ ਆ ਉਹ ਦੋ ਚੀਜ਼ਾਂ ਤੇ ਕੰਪਰੋਮਾਈਜ਼ ਕਦੇ ਨਹੀਂ ਕਰਦਾ। ਉਹ ਕੀ ਨੇ? ਪਹਿਲੀ, ਦ ਗੋਲਡਨ ਟੈਂਪਲ ਇਟਸ ਐਡਜੰਕਟਸ ਆਰ ਦ ਹਬ ਆਫ ਦ ਸਿੱਖ ਵਰਲਡ, ਨਾਟ ਐਜ਼ ਅ ਮੈਟਰ ਆਫ ਕਨਸੈਸ਼ਨ ਬਾਈ ਐਨੀ ਵਰਲਡਲੀ ਪਾਵਰ, ਬਟ ਐਜ਼ ਦ ਇਨਹੈਰੈਂਟ ਰਾਈਟ ਆਫ ਦ ਸਿੱਖ ਪੀਪਲ ਸੂ ਜੈਨਰੇ ਐਂਡ ਇਨਐਲੀਨੇਬਲ। ਕਿਸੇ ਵੀ ਸਟੇਟ ਕੋਲੋਂ ਅਸੀਂ ਇਹ ਨਹੀਂ ਮੰਗਾਂਗੇ ਕਿ ਸਾਨੂੰ ਇਜਾਜ਼ਤ ਦਿਓ ਇੱਥੇ ਜਾਣ ਦੀ, ਕਹਿੰਦੇ ਇਹ ਸਿੱਖ ਕਦੇ ਨਹੀਂ ਮੰਗਦੇ, ਨਾ ਅਸੀਂ ਕਦੇ ਇਹ ਮੰਗਣੀ ਹੈ ਇਜਾਜ਼ਤ, ਇਹ ਸਾਡਾ ਰਾਈਟ ਹੈ। ਸੋ ਐਵਰੀ ਸਟੇਟ ਨੋਜ਼ ਦਿਸ ਬਾਏ ਦ ਵੇ, ਤਾਂ ਹੀ ਉਹ ਆਪਣੇ ਸਟੇਟ ਆਪਣੇ ਤਰੀਕਿਆਂ ਨਾਲ ਉਹਨੂੰ ਹੁਣ ਤਾਂ ਸਬਜੂਗੇਟ ਨਹੀਂ ਕਰਦੇ, ਹੁਣ ਤਾਂ ਮੈਨੀਪੂਲੇਸ਼ਨ ਚੱਲ ਰਹੀ ਹੈ, ਯੂ ਹੈਵ ਸੀਨ ਇਟ, ਕਿਉਂਕਿ ਉਹਦੇ ਆਲੇ ਦੁਆਲੇ ਚੀਜ਼ਾਂ ਚੱਲਦੀਆਂ ਨੇ। ਉਹ ਮੈਨੀਪੂਲੇਸ਼ਨ ਪੋਲੀਟੀਕਲੀ ਵੀ ਹੁੰਦੀਆਂ ਨੇ, ਐਡਮਿਨਿਸਟ੍ਰੇਟਿਵਲੀ ਵੀ ਹੁੰਦੀਆਂ ਨੇ, ਥਰੂ ਸਟੈਚੂਟਰੀ ਬੋਡੀਜ਼ ਵੀ ਹੁੰਦੀਆਂ ਨੇ, ਜੋ ਹਿੰਦੁਸਤਾਨ ਦੇ ਲਾਸ ਨੇ ਉਹਦੇ ਮੁਤਾਬਕ ਵੀ ਹੋ ਰਹੀਆਂ ਨੇ। ਸੈਕਿੰਡ ਗੱਲ, ਦੇਰ ਇਜ਼ ਨੋ ਅਲਟੀਮੇਟ ਡਾਇਕੋਟਮੀ, ਇਹ ਬਹੁਤ ਜ਼ਰੂਰੀ ਗੱਲ ਹੈ 84 ਦੇ ਸੰਬੰਧ ਵਿੱਚ ਸਮਝਣ ਦੀ, ਦੇਰ ਇਜ਼ ਨੋ ਅਲਟੀਮੇਟ ਡਾਇਕੋਟਮੀ, ਕੋਈ ਦੋ ਚਿੱਤਾਪਨ ਨਹੀਂ ਹੈ ਸਾਡੇ ਇਨ ਦ ਟਰੂ ਸਿੱਖ ਡਾਕਟ੍ਰਿਨ ਬਿਟਵੀਨ ਦਿਸ ਵਰਲਡ ਐਂਡ ਦ ਨੈਕਸਟ, ਇਹ ਲੋਕ ਜਾਂ ਪਰਲੋਕ। ਦੂਸਰੀ ਗੱਲ, ਦ ਸੈਕੂਲਰ ਐਂਡ ਦ ਰਿਲੀਜੀਅਸ, ਸਾਡੇ ਲਈ ਕੋਈ ਨਾਸਤਕ ਆਸਤਿਕ ਦੀ ਗੱਲ ਨਹੀਂ ਆ, ਇਹ ਸਾਡੇ ਵਰਲਡ ਨਹੀਂ ਹੈਗੇ, ਇਹ ਸਾਡੇ ਸਿੱਖਾਂ ਤੇ ਪਾਏ ਜਾਂਦੇ, ਸਿੱਖ ਕਪੂਰ ਸਿੰਘ ਹੋਣੀ ਬੜੇ ਕਲੀਅਰ ਨੇ ਇਹਦੇ ਬਾਰੇ। ਐਂਡ ਦ ਪੋਲੀਟੀਕਲ ਐਂਡ ਦ ਸਪਿਰਿਚੁਅਲ, ਸਾਡੇ ਲਈ ਸਪਿਰਿਚੁਅਲ ਹੋਣਾ ਤੇ ਪੋਲੀਟੀਕਲ ਹੋਣਾ ਇਹਦੀ ਕੋਈ ਅਲੱਗ ਅਲੱਗ ਚੀਜ਼ਾਂ ਨਹੀਂ ਹੈ। ਕਹਿੰਦੇ ਦੋ ਚੀਜ਼ਾਂ ਨੂੰ ਸਟੇਟਸ ਦੀ ਸਮਝ ਆ ਗਈ ਹੈ ਤੇ ਉਹਨਾਂ ਨੂੰ ਪਤਾ ਜਿਹੜਾ ਸਿੱਖਾਂ ਦਾ ਖਾਲਸਾ ਦਾ ਤੀਸਰਾ ਮਜ਼ਹਬ ਆ ਉਹ ਇਹਨਾਂ ਤੇ ਕੰਪਰੋਮਾਈਜ਼ ਨਹੀਂ ਕਰਦਾ। ਸੈਕਿੰਡ ਗੱਲ, 1710 ਹੋਇਆ, 1765 ਹੋਇਆ, 1779 ਮਹਾਰਾਜਾ ਰਣਜੀਤ ਸਿੰਘ ਦਾ ਆਇਆ, ਉੱਥੇ ਕਲੀਅਰ ਐਸਕ ਹੈਗੀ ਤੇ ਬੜਾ ਕਲੀਅਰ ਹੈ ਕਿ ਕੁਝ ਕੁ ਜਣੇ ਇਹ ਕੰਮ ਕਰ ਰਹੇ ਨੇ, ਕੁਝ ਕੁ ਜਣੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੈਡ ਸਰਵਾਈਵਡ ਆਲ ਦੀਜ਼ ਐਕਸਟਰਮੀਨੇਸ਼ਨਸ, ਸ਼ਬਦ ਤੋਂ ਟ੍ਰੇਨਿੰਗ ਲੈ ਕੇ, ਸ਼ਸਤਰ ਦੀ ਵਿਦਿਆ ਲੈ ਕੇ, ਇੰਟਰਨਲ ਸਟਰੈਂਥ ਲੈ ਕੇ ਐਕਸਟਰਨਲ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਪੂਰਾ ਪੇਨ ਆ। ਉਹਨਾਂ ਨੇ ਦੇਖਿਆ ਦਿੱਲੀ ਦੀ ਤੇ ਪੰਜਾਬ ਦੀ ਹਕੂਮਤ ਕੀ ਕੀ ਕਰ ਰਹੀ ਆ, ਬਟ ਉਹਨਾਂ ਦੀ ਵਿਜ਼ਨ ਦੀ ਕਲੈਰਿਟੀ ਕਿੰਨੀ ਹੈ ਤੇ ਸ਼ਬਦ ਦੀ ਕਲੈਰਿਟੀ ਕਿੰਨੀ ਹੈ ਕਿ ਆਪਣਾ ਫੋਕਸ ਰੱਖਿਆ। ਹੁਣ 2024 ਦੀ ਗੱਲ, 2024 ਵਿੱਚ ਕੀ ਕੀਤਾ ਜਾਵੇ, 5 ਮਿੰਟ ਬਚੇ ਜਾ ਮੇਰੇ। 2024 ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ 70s ਦੇ ਵਿੱਚ ਜਿਹੜੀ ਗੱਲ ਆਰਟੀਕੂਲੇਟ ਕੀਤੀ ਗਈ ਸੀ ਉਹ 80s ਤੱਕ ਉਹੀ ਐਸਕ ਸੀ ਸਾਡੀ, ਇਹ ਗੱਲ ਸਮਝਣੀ ਜ਼ਰੂਰੀ ਹੈ, ਮੇਰੇ ਲਈ ਗੁਸਤਾਖੀ ਮਾਫ ਕਰਿਓ। ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਨੇ ਪੋਲੀਟੀਕਲ ਢਾਂਚਾ ਬਣਾਇਆ ਉਹ ਗੁਰੂ ਅਰਜਨ ਪਾਤਸ਼ਾਹ ਵੇਲੇ ਇਵੋਲਵ ਹੋਇਆ, 6ਵੇਂ ਪਾਤਸ਼ਾਹ ਵੇਲੇ ਹੋਰ ਡਿਵੈਲਪ ਹੋਇਆ, 9ਵੇਂ ਪਾਤਸ਼ਾਹ ਵੇਲੇ ਹੋਰ ਡਿਵੈਲਪ ਹੋਇਆ, 10ਵੇਂ ਪਾਤਸ਼ਾਹ ਵੇਲੇ ਹੋਰ ਡਿਵੈਲਪ ਹੋਇਆ। ਮੈਂ ਕਿਉਂ ਕਹਿ ਰਿਹਾ, ਪੋਲੀਟੀਕਲ ਰਿਐਲਿਟੀ ਜਿਹੜੀ ਹੁੰਦੀ ਹੈ ਉਸ ਸਮੇਂ ਦੀ, ਤੁਸੀਂ ਉਹਦੇ ਵਿੱਚ ਆਪਣਾ ਢਾਂਚਾ ਤੇ ਆਪਣਾ ਪ੍ਰੋਗਰਾਮ ਦਿੰਦੇ ਹੋ। ਤੁਸੀਂ ਕਿਸੇ ਵੀ ਮੂਵਮੈਂਟ ਵਿੱਚ ਕਦੇ ਨਹੀਂ ਹੋਇਆ ਸਿੱਖਾਂ ਦੇ ਕਿ ਉਹਨਾਂ ਦੇ ਕੋਈ ਪੁਰਾਣੇ ਢਾਂਚੇ ਨੂੰ ਕਿਹਾ ਸੀ ਉਹ ਵਾਪਸ ਲੈ ਕੇ ਆਉਣਾ। ਮਿਸਲਾਂ ਨੇ ਥੋੜੀ ਕਿ ਅਸੀਂ ਮੰਜੀਆਂ ਬਣਾਉਣੀਆਂ ਨੇ, ਹੁਣ ਇਹ ਗੱਲ ਬਹੁਤ ਜ਼ਰੂਰੀ ਹੈ, ਵੀ ਮਸਟ ਬੀ ਕਰੰਟ।
ਕਰੰਟ ਮੀਨਸ 2024 ਦੀ 2024 ਦੀ ਜਿਹੜੀ ਰਿਐਲਿਟੀਜ਼ ਨੇ ਪੋਲੀਟੀਕਲ ਇਕਨੋਮੀਜ਼ ਦੀਆਂ, ਜੀਓਪੋਲੀਟੀਕਲ ਰਿਐਲਿਟੀਜ਼ ਦੀਆਂ, ਖਾਲਿਸਤਾਨ ਜਥੇਬੰਦੀਆਂ ਤੇ ਨਾਨ ਖਾਲਿਸਤਾਨ ਜਥੇਬੰਦੀਆਂ, ਜਸਟ ਲਾਈਕ 1984 ਸਾਰੇ ਸਿੱਖਾਂ ਨੇ ਰੋਸ ਪ੍ਰਗਟ ਕੀਤਾ ਸੀ, ਬਟ ਸਾਰੇ ਲੜਦੇ ਨਹੀਂ ਹੈਗੇ। ਇਸੇ ਤਰ੍ਹਾਂ ਸਾਰੇ ਸਿੱਖਾਂ ਨੂੰ ਕਲੀਅਰ ਹੈ ਸਮਥਿੰਗ ਇੰਟ ਰਾਈਟ, ਪਰ ਜਿਹਨਾਂ ਨੇ ਲੜਨਾ ਉਹਨਾਂ ਨੂੰ ਆਪਣੀ ਐਸ ਕਲੀਅਰ ਕਰਨੀ ਪੈਣੀ ਆ। ਸਿਰਫ ਉਹ ਸਲੋਗਨ ਦੇ ਨਹੀਂ ਹੋ ਸਕਦੀ, ਸਿਰਫ ਉਹ ਇੱਕ ਉਹ ਗੱਲ ਨਹੀਂ ਹੋ ਸਕਦੀ ਜਿਹੜੀ 70s 80s ਤੇ ਗੱਲ ਆ ਰਹੀ ਸੀ, ਉਹਦਾ ਨਵਾਂ ਰੂਪ ਹੋਣਾ ਚਾਹੀਦਾ ਅੱਜ ਦੀ ਰਿਐਲਿਟੀ ਦੇ ਵਿੱਚ। ਸੈਕਿੰਡ ਗੱਲ, ਜਿਹਨਾਂ ਨੇ ਇਹ ਕੰਮ ਕਰਨਾ ਉਹ ਸ਼ਬਦ ਤੇ ਨਾਮ ਵਿੱਚ ਰੱਤੇ ਹੋਣੇ ਚਾਹੀਦੇ, ਇਹਦੇ ਬਾਰੇ ਸਾਡੀ ਕੋਈ ਦੋ ਰਾਹ ਨਹੀਂ ਹੋਣੀ ਚਾਹੀਦੀ। ਬਾਣੀ ਮੁਤਾਬਕ ਇਹ ਕੰਮ ਹੋ ਹੀ ਨਹੀਂ ਸਕਦਾ, ਗੁਰਬਾਣੀ ਜਗ੍ਹਾ ਉਹਨਾਂ ਨੂੰ ਗਿਆਨ ਖੜਕ ਹੈ, ਖੜਕ ਤਾਂ ਸਾਡੇ ਕੋਲ ਆ ਜਾਊਗੀ, ਜੇ ਗਿਆਨ ਨਹੀਂ ਹੈ ਫਿਰ ਕਿਸ ਤਰ੍ਹਾਂ ਵਰਤਾਂਗੇ। ਗਿਆਨ ਖੜਕ ਇਸੇ ਕਰਕੇ ਆਇਆ ਕਿਉਂਕਿ ਜੇ ਇਹ ਕੰਮ ਅਸੀਂ ਕਰਨਾ, ਵੀ ਆਰ ਇਨ ਅ ਐਰਾ ਆਫ, ਜਿੱਥੇ ਮੈਨੂੰ ਕਿਸੇ ਦੇ ਪਿੱਛੇ ਪੁੱਛਿਆ ਕਿ ਸਿੱਖਾਂ ਨੂੰ ਥਿਓਕ੍ਰੈਟਿਕ ਸਟੇਟ ਬਣਾ ਲੈਣਾ ਚਾਹੀਦਾ, ਮੈਂ ਕਿਹਾ ਜੀ ਇਹ ਗੱਲ 1980s ਵਿੱਚ ਪੁੱਛੀ ਜਾਂਦੀ ਸੀ, ਹੁਣ ਤਾਂ ਸਵਾਲ ਦੁਨੀਆ 'ਚ ਖੜਾ ਹੋਇਆ ਹੋਇਆ ਕਿ ਡੈਮੋਕਰੇਸੀ ਆਨਸਰ ਨਹੀਂ ਹੈਗਾ, ਇਹ ਵੀ ਤੁਹਾਡੇ ਸਾਹਮਣੇ ਕਿੰਨਾ ਵੱਡਾ ਤਮਾਸ਼ਾ ਬਣਿਆ ਹੋਇਆ ਕਿੰਨੇ ਸਟੇਟਸ ਵਿੱਚ। ਸਾਨੂੰ ਪਤਾ ਹੀ ਨਹੀਂ, ਸਾਡੇ ਦੋਨੇ ਹੀ ਪੋਲੀਟੀਕਲ ਸਿਸਟਮ ਹੈ ਨਹੀਂ, ਸਾਡਾ ਆਪਣਾ ਕੋਈ ਪੋਲੀਟੀਕਲ ਸਿਸਟਮ ਆ। ਉਹਦੇ ਬਾਰੇ ਮੈਂ ਸਰਦਾਰ ਕਪੂਰ ਸਿੰਘ ਦੀ ਇੱਕ ਰਾਏ ਦਿੰਦਾ ਇੱਥੇ, ਉਹ ਕਹਿੰਦੇ ਇਹ ਨਾ ਡੈਮੋਕਰੈਟਿਕ ਸੋਸਾਇਟੀ ਡਜ਼ਨਟ ਮੀਨ ਕਿ ਉਹ ਡੈਮੋਕਰੇਸੀ ਅਟਰੈਕਟ। ਡੈਮੋਕਰੇਸੀਜ਼ ਦੇ ਬੜੇ ਮਾਡਲ ਨੇ, ਸਿੱਖਾਂ ਦਾ ਮਾਡਲ ਹੈਗਾ ਰੈਪ੍ਰੈਜ਼ੈਂਟੇਟਿਵ ਡੈਮੋਕਰੇਸੀ ਦਾ, ਜਿਹਦੇ ਵਿੱਚ ਮੈਰਿਟ ਦੇ ਬੇਸ ਤੇ ਕੰਮ ਕੀਤੇ ਜਾਂਦੇ ਨੇ। ਇਹ ਨਹੀਂ ਕਿ ਉਹਨਾਂ ਦੇ ਇਕੱਠੇ ਹੋ ਕੇ ਇੱਕ ਸ਼ੇਰ ਨੂੰ ਕਹਿਣ ਤੂੰਗਾ, ਉਹ ਹੈਗੀ ਜਿਹੜੀ ਜਮਹੂਰੀਅਤ ਇੱਕ ਤਮਾਸ਼ਾ ਇਕਬਾਲ ਦੌੜਾ ਦੇ ਮੁਤਾਬਕ। ਸਾਡਾ ਮੈਰਿਟ ਦੇ ਬੇਸ ਤੇ, ਪੰਜ ਪਿਆਰਿਆਂ ਵਾਲਾ ਗਵਰਨੈਂਸ ਵਾਲਾ ਸਿਸਟਮ ਆ ਨਾ, ਮੈਰਿਟ ਦੇ ਬੇਸ ਤੇ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਕਹਿਤਾ ਉਹ ਸਾਨੂੰ ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਹੈ ਲਾਇਕ ਹੋਈ। ਤੋ ਲਾਇਕ ਵਰਡ ਦਾ ਸਾਨੂੰ ਕ੍ਰਾਈਟੀਰੀਆ ਬਣਾਉਣਾ ਚਾਹੀਦਾ ਨਾ, ਆਪਣੀ ਜਥੇਬੰਦੀ ਵਿੱਚ ਵੀ, ਆਪਣੇ ਮੰਥ ਵਿੱਚ ਵੀ, ਤੇ ਆਪਣੇ ਜਿਹੜਾ ਸੀ ਨੰਬਰ 1 ਐਸ, ਇੱਕ ਜਾਂ ਦੋ ਹੀ ਹੁੰਦੀਆਂ ਐਸ, ਤੇ ਲੰਬੇ ਲੰਬੇ ਰੈਜ਼ੋਲੂਸ਼ਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਕੋਲ ਗੇਮ ਪਲਾਨ ਹੈ ਨਹੀਂ ਉਹਨੂੰ ਕਰਨਾ ਕਿਵੇਂ ਆ। ਪੁਰਾਣੇ ਸਰਬੱਤ ਖਾਲਸੇ ਵਿੱਚ ਇੱਕ ਜਾਂ ਦੋ ਡਿਸੀਜਨ ਹੁੰਦੇ ਸੀ, 6 ਮਹੀਨਿਆਂ 'ਚ ਪੂਰੇ ਕਰੇ ਹੁੰਦੇ ਸੀ, ਕਿਉਂਕਿ ਪੰਥ ਫੋਕਸਡ ਆ, ਸਾਰੇ ਨਹੀਂ ਕਰਦੇ ਸੀ, ਪਰ ਜਿਹੜੇ ਕਰਦੇ ਸੀ ਉਹ ਫੋਕਸ ਹੋ ਜਾਂਦੇ ਸੀ ਕਿ ਬਈ ਪੰਥ ਦਾ ਫੈਸਲਾ ਇਹ ਇੱਕੋ ਜਾਂ ਦੋ ਕੰਮ ਕਰਦੇ ਨੇ, ਤੇ ਜ਼ਰੂਰੀ ਗੱਲ ਉਹ ਕਰਦੇ ਸੀ ਜਿਹੜੀ ਲੱਗਦੀ ਸੀ ਕਿ ਕੀਤੀ ਜਾ ਸਕੇ 6 ਮਹੀਨਿਆਂ 'ਚ। ਇਸੇ ਤਰ੍ਹਾਂ ਸਾਨੂੰ ਸੋਚਣ ਦੀ ਲੋੜ ਆ ਉਹਦੇ ਬਾਰੇ ਸਰਦਾਰ ਕਪੂਰ ਸਿੰਘ, ਕਿਉਂਕਿ ਉਹ ਸਾਡੇ ਲਾਸਟ ਮੇਜਰ ਪੋਲੀਟੀਕਲ ਥਿੰਕਰ ਰਹੇ ਨੇ। ਉਹ ਕਹਿੰਦੇ ਨੇ ਨਾ ਡੈਮੋਕਰੈਟਿਕ ਸੋਸਾਇਟੀ ਦ ਸਿੱਖਸ ਨੀਡ ਨਾਟ ਐਨਕਾਊਂਟਰ ਐਨੀ ਕੰਟਰਡਿਕਸ਼ਨਸ ਬਿਟਵੀਨ ਦੇਅਰ ਓਨ ਕਲੈਕਟਿਵ ਕਨਵਿਕਸ਼ਨਸ ਐਂਡ ਦੇਅਰ ਰਿਕੁਆਇਰਮੈਂਟਸ ਆਫ ਦ ਸਟੇਟ ਟੂ ਵਿਚ ਦੇ ਓ ਅਲੀਜੈਂਸ। ਦੇਖੋ ਕਿੰਨੀ ਵੱਡੀ ਗੱਲ ਕਰਦੀ, ਕਿਉਂਕਿ ਆਪਾਂ ਬੈਠੇ ਹਾਂ ਕੈਨੇਡਾ, ਆਪਾਂ ਹੈਗੇ ਅਮੈਰੀਕਾ 'ਚ, 70% ਅੱਜ ਦਾ ਸਿੱਖ ਇੰਡੀਅਨ ਪੰਜਾਬ ਵਿੱਚ ਰਹਿੰਦਾ, 17% ਸਿੱਖਾਂ ਦੀ ਪਾਪੂਲੇਸ਼ਨ ਅੱਜ ਇੰਸਪੋਰਾ ਚ ਰਹਿੰਦੀ ਆ, ਮਤਲਬ ਇੰਡੀਆ ਵਿੱਚ ਪੰਜਾਬ ਤੋਂ ਬਾਹਰ 17%, 13% ਜਿਹਨੂੰ ਅਸੀਂ ਐਕਚੁਅਲ ਡਾਇਸਪੋਰਾ ਕਹਿੰਦੇ ਹਾਂ, ਮਤਲਬ ਸਾਊਥ ਏਸ਼ੀਆ ਇੰਡੀਆ ਤੋਂ ਬਾਹਰ ਰਹਿ ਰਹੀ ਆ। ਸਾਨੂੰ ਸਾਰਿਆਂ ਬਾਰੇ ਸੋਚਣਾ ਪੈਣਾ, ਨਹੀਂ ਤਾਂ ਪਿਛਲੇ 2 ਸਾਲ ਦੇਖੋ ਕਿੰਨੇ ਸਿੱਖਾਂ ਨੂੰ ਇੰਸਪੋਰਾ ਵਿੱਚ ਡਿਸਪਲੇਸ ਕਰਕੇ ਮਾਰ ਦਿੱਤਾ ਗਿਆ, ਉਹਦੀ ਤਾਂ ਅਸੀਂ ਗੱਲ ਹੀ ਨਹੀਂ ਸਮਝਦੇ ਕੀ ਹੋ ਰਿਹਾ ਉੱਥੇ। ਉਹ ਸਰਦਾਰ ਕਪੂਰ ਸਿੰਘ ਕਹਿ ਰਹੇ ਨੇ ਜਿਹੜੇ ਸਿੱਖਾਂ ਦੀ ਖਾਲਸੇ ਦੀ ਕਨਵਿਕਸ਼ਨ ਆ, ਤੇ ਜੋ ਜਿਹੜੇ ਸਟੇਟ ਵਿੱਚ ਉਹ ਰਹਿ ਰਹੇ ਨੇ, ਉਹ ਦੋ ਚੀਜ਼ਾਂ ਨੂੰ ਕਾਇਮ ਰੱਖਣਾ ਸਿੱਖੋ। ਆਪਣੀ ਕਨਵਿਕਸ਼ਨ ਵੀ ਸਾਨੂੰ ਖਤਮ ਕਰਨੀ ਚਾਹੀਦੀ, ਸਟੇਟ ਦੇ ਵਿੱਚ ਰਹਿ ਕੇ ਕੰਮ ਕਿਵੇਂ ਕਰਾਉਣੇ, ਕਹਿੰਦੇ ਇਹ ਵੀ ਸਿੱਖੋ। ਦੂਸਰੀ ਗੱਲ, ਇਫ ਦੇਅਰਫੋਰ ਦੇਅਰ ਆਰ ਫ੍ਰਿਕਸ਼ਨਸ, ਕਹਿੰਦੇ ਜੇ ਸਾਡਾ ਸਰਕਾਰ ਨਾਲ ਲੜਾਈ ਹੁੰਦੀ ਆ, ਫ੍ਰਿਕਸ਼ਨ ਆ ਜਾਂਦੀ ਆ, ਦ ਫੋਲਟ ਮਸਟ ਬੀ ਫਾਊਂਡ ਸਮਵੇਅਰ ਇਨ ਦ ਸਫੀਅਰ ਆਫ ਇੰਪਲੀਮੈਂਟੇਸ਼ਨ ਆਫ ਦ ਟਰੂ ਡੈਮੋਕਰੈਟਿਕ ਪ੍ਰੋਸੈਸਿਸ
ਐਂਡ ਦ ਪਰਸਨਸ ਹੂ ਇੰਪਲੀਮੈਂਟ ਦਮ। ਕਹਿੰਦੇ ਜੇ ਫ੍ਰਿਕਸ਼ਨ ਆਈ ਹੈ 84 ਚ ਅਪਲਾਈ ਕਰਕੇ ਦੇਖ ਲਓ, ਤਾਂ ਮੈਂ ਗੱਲ ਕੀਤੀ ਕੌਣ ਭੱਜਿਆ, ਕਈ ਸਿੱਖ ਭੱਜੇ ਤੇ ਸਰਕਾਰ ਭੱਜੀ, ਜਿਹੜੇ ਉਹਨਾਂ ਨੇ ਕਿੰਨੀ ਵਾਰੀ ਪ੍ਰੋਮਿਸ ਕੀਤੇ ਸੀ ਅਸੀਂ ਕਰਾਂਗੇ ਤੇ ਨਹੀਂ ਕੀਤੇ। ਸਰਦਾਰ ਕਪੂਰ ਸਿੰਘ ਇਹ ਲਿਖ ਰਹੇ ਨੇ, ਕਹਿੰਦੇ ਜੇ ਫ੍ਰਿਕਸ਼ਨ ਆਈ ਆ ਉਹ ਜਿਨ੍ਹਾਂ ਦਾ ਕੰਮ ਸੀ ਉਸ ਪ੍ਰੋਸੈਸ ਤੇ ਪਹਿਰਾ ਦੇਣਾ ਸਰਕਾਰ ਦੇ ਵਿੱਚ, ਉਹਨਾਂ ਨੂੰ ਫੜੋ ਜਾ ਕੇ, ਉਹ ਝੂਠ ਬੋਲ ਰਹੇ ਨੇ। ਸਿੱਖ ਨਹੀਂ ਝੂਠ ਬੋਲਦੇ ਇਸ ਮਾਮਲੇ 'ਚ, ਅਸੀਂ ਤਾਂ ਸਿੱਧੇ ਲੈਵਲ ਦੀ ਗੱਲਾਂ ਕਰਦੇ ਹਾਂ ਵਾਲੀਆਂ। ਥਰਡ ਗੱਲ, ਇਹ ਸੈਟਿਸਫਾਈਡ ਐਂਡ ਪ੍ਰੋਪਰਲੀ ਇੰਟੀਗ੍ਰੇਟਿਡ ਟੂ ਦ ਨੇਸ਼ਨ ਸਿੱਖ ਪੀਪਲ ਕੈਨ ਬੀ ਐਨ ਇਨਵੈਲਿਊਬਲ ਐਂਡ ਲਾਸਟਿੰਗ ਐਸੈਟ ਟੂ ਐਨੀ ਸਟੇਟ, ਮੋਰ ਸੋ ਟੂ ਇੰਡੀਆ ਇਨ ਦ ਸੋਇਲ ਐਂਡ ਟ੍ਰੈਡੀਸ਼ਨਸ ਆਫ ਵਿਚ ਦੇ ਆਰ ਰੂਟਡ, ਜਸਟ ਐਸ ਫਰਸਟ੍ਰੇਟਿਡ ਔਰ ਸਪਰੈਸ ਸਿੱਖ ਪੀਪਲ ਕੈਨ ਬੀ ਐਨ ਓਬਵੀਅਸ ਵੀਕਨੈਸ ਇਨ ਦ ਸਟਰੈਂਥ ਆਫ ਦ ਨੇਸ਼ਨ। ਕਿੰਨੀ ਵੱਡੀ ਗੱਲ ਕਰ ਗਏ, ਕਹਿੰਦੇ ਇੰਡੀਆ ਸੋਚ ਲਵੇ ਇਹਦੇ ਬਾਰੇ, ਅਜੇ 84 ਹੋਇਆ ਨਹੀਂ ਸੀ ਜਦ ਲਿਖਿਆ ਉਹਨਾਂ ਨੇ। ਕਹਿੰਦੇ ਇੰਡੀਆ ਸੋਚ ਲਵੇ ਕਿ ਇੰਡੀਆ ਨੇ ਸਿੱਖਾਂ ਨੂੰ ਆਪਣੀ ਸਟਰੈਂਥ ਲਈ ਵਰਤਣਾ, ਤਾਂ ਤਾਂ ਉਹ ਇੰਡੀਆ ਦਾ ਵੀ ਬੜਾ ਕੁਛ ਕਰਾਂਗੇ। ਆਪਾਂ ਕੀਤਾ ਨੀ, ਕੀ ਨੀ ਕੀਤਾ ਇੰਡੀਆ ਨੇ? ਕਹਿੰਦੇ ਜੇ ਤੁਸੀਂ ਸਿੱਖਾਂ ਨੂੰ ਫਰਸਟ੍ਰੇਟ ਕਰਤਾ ਫਿਰ ਤੁਹਾਡੀ ਪ੍ਰੋਬਲਮ ਆ, ਫਿਰ ਇਹ ਤੁਹਾਡੇ ਨਾਲ ਹੀ ਨਜਿੱਠਣਗੇ। ਉਹ ਅਸੀਂ ਕਰ ਰਹੇ ਹਾਂ 84 ਤੋਂ ਬਾਅਦ ਹੋਰ ਦੂਸਰੇ ਰੂਪ ਚ। ਸਰਦਾਰ ਕਪੂਰ ਸਿੰਘ ਇਸ ਬੇਸਿਕਲੀ ਰਿਟਰਨ, ਸਟੇਟ ਦੀ ਫਾਲਟ ਆ, ਸਿੱਖਾਂ ਦੀ ਕਨਵਿਕਸ਼ਨ ਦੀ ਫਾਲਟ ਨਹੀਂ ਆ, ਕਿਉਂਕਿ ਰਾਜ ਕਰੇਗਾ ਖਾਲਸਾ, ਸਾਡੀ ਕਨਵਿਕਸ਼ਨ ਆ। ਤੇ ਜੇ ਸਟੇਟ ਕਰਪਟ ਆ, ਜੇ ਸਟੇਟ ਕੋਲ ਗਵਰਨੈਂਸ ਹੈ ਨਹੀਂ, ਸਿੱਖਾਂ ਨੇ ਇਸ ਕਨਵਿਕਸ਼ਨ ਨੂੰ ਆਪਣੇ ਨਵੇਂ ਰੂਪ ਵਿੱਚ ਲੈ ਕੇ ਆਉਣਗੇ। ਜਿਵੇਂ ਅਸੀਂ 300 ਸਾਲਾਂ ਦੇ ਲਗਾਤਾਰ ਜਦ ਜੈਨੋਸਾਈਡ ਸ਼ੁਰੂ ਹੋਏ ਨੇ ਤਦ ਦੇ ਅਸੀਂ ਕਰ ਰਹੇ ਹਾਂ। ਅਖੀਰਲੀ ਗੱਲ, ਜੇ ਸਾਡੀ ਇਹ ਗਾਈਡੈਂਸ ਆ, ਸਾਡੇ ਸਾਹਮਣੇ 2-3 ਸਵਾਲ ਹੀ ਨੇ, ਉਹਦੇ ਚੋਂ ਨੰਬਰ 1 ਸਵਾਲ ਇਹ ਆਜੂਗਾ ਕਿ 2024 ਦੇ ਵਿੱਚ, ਦੇਖੋ ਜੇ ਮੈਂ ਪੁਰਾਣਾ ਅੰਕੜੇ ਲੈ ਕੇ ਗੱਲ ਕਰਦਾ, ਮੈਂ ਇੱਥੇ ਮੁਕਾ ਦਿੰਦਾ, 1765 ਤੇ 1710 ਦਾ ਸਫ਼ਰ 55 ਸਾਲਾਂ ਦਾ ਸੀ। ਜ਼ਰੂਰੀ ਨਹੀਂ ਹੁੰਦਾ ਉਸੇ ਤਰ੍ਹਾਂ ਰਿਪੀਟ ਹੋਣ ਚੀਜ਼ਾਂ, ਪਰ ਹਿਸਟਰੀ ਚੋਂ ਸਬਕ ਮਿਲਦੇ ਨੇ। ਕਿੰਨੀ ਪੇਸ਼ੈਂਸ ਤੇ ਕਿੰਨੇ ਸਰਵਾਈਵਲਸ, ਕਿਉਂਕਿ ਫੋਕਸ ਸੀ ਸ਼ਬਦ ਦੀ ਪ੍ਰੀਤ ਤੇ ਸ਼ਸਤਰ ਦੀ ਵਿਦਿਆ ਤੇ। ਹੁਣ 40 ਸਾਲ ਹੋ ਗਏ ਨੇ, ਜੇ ਮੈਂ ਉਹਨੂੰ ਹੋਊ ਤਾਂ ਆਪਾਂ ਲੈ ਨਹੀਂ ਸਕਦੇ, 15 ਸਾਲ ਦੀ ਪੇਸ਼ੈਂਟ ਕਰਕੇ ਜੇ 20 ਜਥੇਬੰਦੀਆਂ, ਜਿਹੜੇ ਕਿਸੇ ਇੱਕ ਬੰਦੇ ਨੂੰ ਤੇ ਇੱਕ ਸੰਸਥਾ ਨੂੰ ਨਾ ਹੋਣ, ਜਿਹੜੇ ਗੁਰੂ ਖਾਲਸਾ ਪੰਥ ਨੂੰ ਕਰਨੇ ਮੰਨਦੇ ਹੋਣ ਤੇ ਉਹਦੇ ਲਈ ਕੰਮ ਕਰਨ, ਗਲੋਬਲੀ ਵਿਦ ਇਨ ਇੰਡੀਆ ਵਿਦ ਇਨ ਪੰਜਾਬ, ਜੇ ਉਹ ਕੰਮ ਕਰਨਗੇ, ਤੁਸੀਂ 10-15 ਸਾਲਾਂ 'ਚ ਬੜਾ ਕੁਛ ਦੇਖ ਸਕੋਗੇ। ਉਹ ਦੇਖਣ ਦੇ ਲਈ ਜੋ ਅੱਜ ਦੇ ਹੁਕਮ ਤੋਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਸਿੱਖ ਸਭਾ ਦੀਖਿਆ ਕਾ ਭਾਵ ਆ, ਉਸ ਹੁਕਮ ਦੀ ਲਾਈਨ ਤੋਂ ਹੀ ਗੱਲ ਖਤਮ ਕਰਾਂਗਾ ਜੋ ਭਗਤ ਕਬੀਰ ਜੀ ਦੇ ਵੱਲੋਂ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਆਇਆ ਸੀ ਸੁਨੇਹਾ, ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾਹੋ। ਅਸੀਂ ਲਵ ਤੇ ਡਿਵੋਸ਼ਨ ਲੈ ਆਈਏ ਆਪਣੀ ਲਾਈਫ 'ਚ, ਅਸੀਂ ਜਨ ਬਣ ਜਾਈਏ ਇਹੋ ਜਿਹੇ, ਤਾਂ ਸਾਨੂੰ ਕੋਈ ਸਰਪ੍ਰਾਈਜ਼ ਨਹੀਂ ਕਰੂ। ਅਸੀਂ ਕਦੇ ਨਹੀਂ ਇਹ ਕਿਹਾ ਸਰਕਾਰ ਇੱਦਾਂ ਕਰਦੀ, ਅੱਜ ਕੱਲ੍ਹ ਆਪਾਂ ਕਹਿਣ ਲੱਗੇ ਪਿਛਲੇ 10-15 ਸਾਲਾਂ 'ਚ, ਆਪਾਂ ਤਾਂ ਕਹਿੰਦੇ ਸੀ ਕੋਈ ਨਹੀਂ ਆਓ ਮਾਰੋ, ਅਸੀਂ ਦੂਰ ਸਮਾਏ ਹੋਏ। ਉਹ ਜਿਹਦੇ 'ਚ ਭਾਉ ਤੇ ਭਗਤੀ ਆ ਉਹ ਕੰਪਲੇਨ ਨਹੀਂ ਕਰਦੇ, ਉਹ ਐਡਰੈਸ ਕਰਦੇ ਨੇ ਇਸ਼ੂ ਨੂੰ, ਤੇ ਉਹ ਇਹ ਜਿਹੜੀ ਭਾਉ ਤੇ ਭਗਤੀ ਅਸੀਂ ਦੁਬਾਰਾ ਲੈ ਆਈਏ। ਜਿੰਨਾ ਜਥੇਬੰਦੀਆਂ ਨੇ ਇਸ ਤੇ ਕੰਮ ਕਰਨਾ, ਉਹ ਆਪਣੀ ਐਸਕ ਨੂੰ ਨਿਖਾਰਨ, ਉਹਦਾ ਵਿਸ਼ਲੇਸ਼ਣ ਕਰਨ, ਉਸ ਵਿਜ਼ਨ ਸਟੇਟਮੈਂਟ ਹੈ ਸਾਡੇ ਕੋਲ, ਉਹ ਤਾਂ ਸਾਡਾ ਕਦੇ ਨਹੀਂ ਬਦਲੂਗਾ ਕਿਉਂਕਿ ਉਹ ਬਾਣੀ 'ਚ ਆ ਗਿਆ। ਗੁਰੂ ਨਾਨਕ ਸਾਹਿਬ ਨੇ ਰਾਜ ਸ਼ੁਰੂ ਕੀਤਾ, ਚਲਾਤਾ ਤੇ ਉਹ ਚੱਲਦਾ ਰਹੂ, ਕਦੇ ਨਹੀਂ ਖਤਮ ਹੋਊ। ਵਿਜ਼ਨ ਸਾਡੀ ਕਲੀਅਰ ਆ, ਬਟ ਜਿਹੜੀ ਉਹਦੀ ਸਟ੍ਰੈਟੇਜੀ ਆ, ਜਿਹੜੀ ਉਹਦੀਆਂ ਟੈਕਟਿਕਸ ਨੇ, ਜਿਹੜਾ ਉਹਦਾ ਪੋਲੀਟੀਕਲ ਢਾਂਚਾ ਅੱਜ ਦੇ ਅਜੋਕੀ ਹਾਲਾਤਾਂ ਵਿੱਚ ਆਏਗਾ, ਉਹਦੇ ਉੱਤੇ ਸਾਨੂੰ ਭਾਉ ਭਗਤੀ ਨਾਲ ਬਹੁਤ ਜ਼ਿਆਦਾ ਤਵੱਜੋ ਦੇਣ ਦੀ ਲੋੜ ਆ। ਇਹਨਾਂ ਸ਼ਬਦਾਂ ਨਾਲ ਦੱਸ ਕੇ ਮੈਂ ਤਾਂ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ।